ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸ਼੍ਰੀ ਰਾਮ ਮੰਦਰ ਬਣਾਉਣ ਨਾਲ ਜੀ ਸਿੱਖ ਕੌਮ ਦਾ ਕੋਈ ਤਾਲੁਕ ਨਹੀਂ ਹੈ ਜੀ। ਗੁਰਬਾਣੀ ਦਾ ਰਾਮ ਹਾਂਜੀ ਤੇ ਹਿੰਦੂ ਮੈਥੋਲੋਜੀ ਦਾ ਰਾਮ ਹਾਂਜੀ ਉਹਨਾਂ ਤਿੰਨਾਂ ਕੌਮੀਅਤਾਂ ਨੂੰ ਲੜਾਉਣ ਦੀ ਸਾਜ਼ਿਸ਼ ਹੈ ਸ਼੍ਰੀ ਰਾਮ ਮੰਦਰ ਨਿਰਮਾਣ ਦੇ ਪਿੱਛੇ। ਸੁਪਰੀਮ ਕੋਰਟ ਤੋਂ ਇਹ ਫੈਸਲਾ ਦਵਾਇਆ ਗਿਆ ਕਿ ਸਿੱਖ ਧਰਮ ਆਪਣੇ ਆਪ ਇਸ ਧਰਮ ਨਹੀਂ ਹੈ, ਹਿੰਦੂਤਵ ਦਾ ਕਲਟ ਹੈ। ਰਹਿ ਗਿਆ ਸੀ ਪੰਜਾਬ ਤੇ ਪੰਜਾਬ ਦੇ ਤਖ਼ਤ ਉਹ ਬਾਦਲ ਸਾਹਿਬ ਰਹੀਂ ਉਹਨਾਂ ਦੇ ਗੁਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਸਿੰਘ ਨਾਲ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਇੱਕ ਬਹੁਤ ਹੀ ਗੰਭੀਰ ਮਸਲੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਦੇ ਗ੍ਰਹਿ 'ਤੇ ਆਏ। ਅਚਨਚੇਤ ਇਹਨਾਂ ਨੂੰ ਅਸੀਂ ਸੱਦਾ ਦਿੱਤਾ ਅਤੇ ਇਹਨਾਂ ਨੇ ਸਾਡਾ ਸੱਦਾ ਪ੍ਰਵਾਨ ਕੀਤਾ, ਕਿਉਂਕਿ ਮਸਲਾ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ, ਬਹੁਤ ਹੀ ਗੰਭੀਰ ਮਸਲਾ ਹੈ। ਅਤੇ ਜਦੋਂ ਇਹਨਾਂ ਨੂੰ ਅਸੀਂ ਦੱਸਿਆ ਤਾਂ ਫੋਨ 'ਤੇ ਸਾਡੀ ਗੱਲ ਹੋਈ ਅਤੇ ਇਹਨਾਂ ਨੇ ਸਾਡਾ ਸੱਦਾ ਪ੍ਰਵਾਨ ਕੀਤਾ ਅਤੇ ਜਿਸ ਅਵਸਥਾ ਦੇ ਵਿੱਚ ਸਟੱਡੀ ਕਰ ਰਹੇ ਸਨ ਉਸੇ ਅਵਸਥਾ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੋ ਗਏ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੱਖ ਕੌਮ ਦਾ ਕਿਸੇ ਵੀ ਧਰਮ ਦੇ ਮਸਲੇ ਵਿੱਚ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੈਗੀ। ਕੋਈ ਕੌਮ ਕਿਸੇ ਤਰ੍ਹਾਂ ਵੀ ਕੰਮ ਕਰੇ, ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਪਰ ਜਦੋਂ ਕੋਈ ਕੌਮ ਜਾਣ ਬੁੱਝ ਕੇ ਸਿੱਖਾਂ ਨੂੰ ਆਪਣੇ ਮਸਲਿਆਂ ਦੇ ਵਿੱਚ ਇਨਵੋਲਵ ਕਰੇ, ਮਸਲੇ ਵੀ ਉਹ ਜਿੱਥੇ ਕਤਲੋ ਗਾਰਤ ਦਾ ਡਰ ਹੈ, ਜਿੱਥੇ ਕੌਮਾਂ ਤਬਾਹ ਹੋ ਸਕਦੀਆਂ ਨੇ, ਜਦੋਂ ਐਸੇ ਮਸਲੇ ਬਣ ਜਾਂਦੇ ਨੇ ਤਾਂ ਸਿੱਖ ਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਉਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕਰ ਲੈਣੀ ਚਾਹੀਦੀ ਹੈ। ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣ ਜਾ ਰਿਹਾ ਹੈ, ਜਿਹਦੇ ਵਿੱਚ ਜਿਹੜੀ ਹਿੰਦੂਆਂ ਦੀ ਮੰਡਲੀ ਹੈ ਉਹਨਾਂ ਨੇ ਤੀਰਥ ਦੇ ਜਿਹੜੇ ਤੀਰਥ ਅਸਥਾਨ ਨੇ ਉਹਨਾਂ ਤੋਂ ਜਲ ਅਤੇ ਮਿੱਟੀ ਮੰਗਵਾਈ ਹੈ ਅਤੇ ਉਹਨਾਂ ਨੇ ਸੱਦਾ ਦਿੱਤਾ ਹੈ ਸਿੱਖ ਕੌਮ ਦੇ ਸਾਰੇ ਹੀ ਧਾਰਮਿਕ ਅਸਥਾਨਾਂ ਨੂੰ, ਖਾਸ ਤੌਰ ਦੇ ਉੱਤੇ ਪੰਜ ਤਖਤਾਂ ਨੂੰ। ਜਿਹੜੇ ਪੰਜ ਤਖਤ ਜਿਹੜੇ ਨੇ ਉਹ SGPC ਨੇ ਐਲਾਨੇ ਹੋਏ ਨੇ, ਉਹਨਾਂ ਤਖਤਾਂ ਦੇ ਉੱਤੇ ਐਲਾਨ ਕੀਤਾ ਹੈ ਕਿ ਇਹਨਾਂ ਪੰਜਾਂ ਤਖਤਾਂ ਤੋਂ ਜਲ ਅਤੇ ਮਿੱਟੀ ਜਿਹੜੀ ਹੈ ਉਹ ਰਾਮ ਮੰਦਰ ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਨੀਂਹ ਦੇ ਵਿੱਚ ਨੀਂਹ ਨੂੰ ਪਵਿੱਤਰ ਕਰ ਲਈ, ਉਸ ਅਸਥਾਨ ਨੂੰ ਪਵਿੱਤਰ ਕਰ ਲਈ ਜਲ ਅਤੇ ਮਿੱਟੀ ਜਿਹੜੀ ਉਹ ਵਰਤੀ ਜਾਏਗੀ। ਅਤੇ ਸਾਡੇ ਜਿਹੜੇ ਧਾਰਮਿਕ ਆਗੂ ਨੇ, ਮੈਂ ਇੱਥੇ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਦੋ ਅਸਥਾਨ ਜਿਹੜੇ ਨੇ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ, ਇਹਨਾਂ ਦੋਨਾਂ ਅਸਥਾਨਾਂ ਤੋਂ ਜਲ ਅਤੇ ਮਿੱਟੀ ਜਾ ਚੁੱਕੀ ਹੈ ਅਤੇ ਹੁਣ ਮਸਲਾ ਜਿਹੜਾ ਹੈ ਉਹ ਆ ਗਿਆ ਹੈ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਜਿਹੜੇ ਤਿੰਨ ਤਖਤ ਨੇ ਉਹਨਾਂ ਉੱਤੇ ਅਤੇ ਉਹਨਾਂ ਤਖਤਾਂ ਦੇ ਉੱਤੇ ਮਾਹੌਲ ਜਿਹੜਾ ਹੈ ਉਹ ਗਰਮਾ ਗਿਆ ਹੈ ਅਤੇ ਧੁੰਦਲੀ ਜੀ ਗੱਲ ਸੁਣਨ ਵਿੱਚ ਆਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਹਰਪ੍ਰੀਤ ਸਿੰਘ, ਉਹਨਾਂ ਨੇ ਕੋਈ ਨੋਕ ਝੋਕ ਹੋਈ ਹੈ ਉਹਨਾਂ ਦੀ, ਉਹਨਾਂ ਨੇ ਮਨਾ ਕੀਤਾ ਹੈ ਜਾਂ ਨਹੀਂ ਕੀਤਾ ਹੈ, ਪਰ ਤਲਖੀ ਚੱਲ ਰਹੀ ਹੈ ਕਿ ਉਹ ਜਾਣਗੇ, ਉਹ ਇਸ ਸੱਦੇ ਨੂੰ ਪ੍ਰਵਾਨ ਕਰਨਗੇ ਜਾਂ ਨਹੀਂ ਕਰਨਗੇ, ਕਿਉਂਕਿ ਉਹਨਾਂ ਨੂੰ ਉਤਾਰ ਕੇ ਅਤੇ ਦੂਜਾ ਜਥੇਦਾਰ ਥਾਪਣ ਦੀ ਜਿਹੜੀ ਆ ਉਹ ਸਰਗਰਮੀ ਤੇਜ਼ ਹੋ ਗਈ ਹੈ। ਅਤੇ ਸਾਡਾ ਸਭ ਤੋਂ ਪਹਿਲਾਂ ਆਪਾਂ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਦਾ ਸਵਾਗਤ ਕਰਦੇ ਹਾਂ ਇਸ ਖਾਸ ਪ੍ਰੋਗਰਾਮ ਦੇ ਵਿੱਚ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਸੀਂ ਸਾਰਾ ਮਸਲਾ ਜਿਹੜਾ ਹੈ ਉਹ ਦੇਖ ਰਹੇ ਹੋ। ਸਾਡਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਜਿਹੜਾ ਰਾਮ ਮੰਦਰ ਬਣਿਆ ਹੈ ਇਹਦੇ ਵਿੱਚ ਸਿੱਖ ਧਾਰਮਿਕ ਆਗੂ ਨੇ ਜਿਹੜੇ, ਉਹਨਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ? ਸਿੰਘਨਾਦ TV ਦੇਖ ਰਹੇ ਸਾਰੇ ਸਰੋਤਿਆਂ ਨੂੰ ਮੈਂ ਸਿੰਘਨਾਦ ਵੱਲੋਂ ਫਿਰ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ। ਪ੍ਰਸ਼ਨ ਤੁਹਾਡਾ ਬਹੁਤ ਸਹੀ ਹੈ ਜੀ ਔਰ ਬੜੇ ਮੌਕੇ ਵਾਲਾ। ਪਹਿਲੀ ਗੱਲ ਤਾਂ ਹੈਗੀ ਹੈ ਕਿ ਸ਼੍ਰੀ ਰਾਮ ਮੰਦਰ ਬਣਾਉਣ ਨਾਲ ਜੀ ਸਿੱਖ ਕੌਮ ਦਾ ਕੋਈ ਤਾਲੁਕ ਨਹੀਂ ਹੈ ਜੀ। ਇਹ ਸਾਡੇ ਅਕਾਲ ਤਖ਼ਤ ਸਾਹਿਬ ਅਤੇ ਪੰਜਾਂ ਸਿੰਘ ਸਾਹਿਬਾਨ, ਪੰਜਾਂ ਜਥਿਆਂ ਦੇ ਸਿੰਘ ਸਾਹਿਬਾਨਾਂ ਨੂੰ ਜੀ ਖੁੱਲ੍ਹ ਕੇ ਗੱਲ ਆਖਣੀ ਚਾਹੀਦੀ ਹੈ। ਬਿਲਕੁਲ, ਗੁਰਬਾਣੀ ਦਾ ਰਾਮ ਹਾਂਜੀ ਅਤੇ ਹਿੰਦੂ ਮੈਥੋਲੋਜੀ ਦਾ ਰਾਮ ਹਾਂਜੀ ਆਪਸ ਵਿੱਚ ਨਹੀਂ ਜੁੜਦਾ, ਨਹੀਂ ਜੁੜਦਾ, ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਇਹ ਇਸ ਸੰਬੰਧ ਨੂੰ ਕਾਇਮ ਕਰਨਾ ਚਾਹੁੰਦੇ ਨੇ ਹਾਂਜੀ। ਹਿੰਦੁੱਤਵ ਦੀ ਜਿਹੜੀ ਤਾਕਤ ਹੈ ਹਾਂਜੀ
ਉਹ ਬੜੇ ਹੀ ਬਰੀਕ ਬੀਨੀ ਨਾਲ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਕਲਟ ਬਣਾਉਣਾ ਚਾਹੁੰਦੀ ਹੈ, ਜਿਵੇਂ ਕਿ ਸੁਪਰੀਮ ਕੋਰਟ ਵਿੱਚ ਉਹਨਾਂ ਨੇ ਅਯੋਧਿਆ ਦੇ ਮਾਮਲੇ ਵਿੱਚ ਫੈਸਲਾ ਲੈ ਲਿਆ ਸੀ। ਹਾਂਜੀ ਠੀਕ ਹੈ ਨਾ ਜੀ, ਮੈਂ ਉਦੋਂ ਵੀ ਬੋਲਿਆ ਸੀ ਕਿ ਸਿੱਖ ਕੌਮ ਕਲਟ ਨਹੀਂ ਹੈ ਜੀ, ਤੇ ਇਸ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਪੈਣੀ ਚਾਹੀਦੀ ਹੈ। ਕਿ ਬੜੇ ਉਸ ਵੇਲੇ ਲੋਕ ਸਰਗਰਮ ਹੋਏ ਤੇ ਸੰਸਥਾਵਾਂ ਵੀ ਸਰਗਰਮ ਹੋਈਆਂ ਤੇ ਮੈਂ ਉਦੋਂ ਵੀ ਕਹਿ ਦਿੱਤਾ ਸੀ, ਪਰ ਪਾਣੀ ਕਿਸੇ ਨੇ ਵੀ ਨਹੀਂ ਜੇ ਪਟੀਸ਼ਨ, ਕਿਉਂਕਿ ਸਾਰੇ RSS ਨਾਲ ਰਲੇ ਹੋਏ ਨੇ ਠੀਕ ਹੈ ਨਾ ਜੀ। ਹਾਂਜੀ, ਤੇ ਉਹ ਪਟੀਸ਼ਨ ਨਹੀਂ ਪਾਈ ਗਈ। ਹਾਂਜੀ, ਹੁਣ ਇਹ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਉਸਾਰੀ ਦੇ ਇਸ ਮਿਸ਼ਨ ਨੂੰ ਲੈ ਕੇ ਹਿੰਦੁਤਵਾਂ ਨੇ ਹਾਂਜੀ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਵਿੱਚ ਜਿਹੜੀਆਂ ਕੌਮੀਅਤਾਂ ਨੂੰ ਮੈਂ ਬੜੀ ਸਟ੍ਰੀਕ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ, ਬਿਲਕੁਲ ਜੀ, ਜਿਹੜੀਆਂ ਕੌਮੀਅਤਾਂ ਨੂੰ 1935-36 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ ਬਿੱਲ ਵਿੱਚ ਹਾਂਜੀ ਭਾਰਤ ਦਾ ਰਾਜਨੀਤਕ, ਭੂਗੋਲਿਕ ਤੇ ਸੰਸਕ੍ਰਿਤਕ ਮਾਲਕ ਮੰਨਿਆ ਗਿਆ ਸੀ। ਹਾਂਜੀ, ਉਹਨਾਂ ਤਿੰਨਾਂ ਕੌਮੀਅਤਾਂ ਨੂੰ ਲੜਾਉਣ ਦੀ ਸਾਜ਼ਿਸ਼ ਹੈ ਸ਼੍ਰੀ ਰਾਮ ਮੰਦਰ ਨਿਰਮਾਣ ਦੇ ਪਿੱਛੇ। ਉਹ ਕੌਮੀਅਤਾਂ ਕਿਹੜੀਆਂ ਸੀ? ਉਹ ਤਿੰਨ ਕੌਮੀਅਤਾਂ ਸੀ, ਪਹਿਲੇ ਨੰਬਰ 'ਤੇ ਉਹਨਾਂ ਨੇ ਲਈ ਸੀ ਮੁਸਲਿਮ ਇਸਲਾਮ, ਹਾਂਜੀ, ਦੂਜੇ ਨੰਬਰ 'ਤੇ ਲਈ ਸੀ ਸਿੱਖ ਜੀ, ਤੀਜੇ ਨੰਬਰ 'ਤੇ ਲਈ ਸੀ ਅਦਰਸ। ਇਹ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਵਿੱਚ ਬਿੱਲ ਪਾਸ ਹੋਇਆ। ਅੱਛਾ ਜੀ, ਉਸੇ ਬਿੱਲ ਦੇ ਆਧਾਰ 'ਤੇ ਭਾਰਤ ਦਾ ਇਹਨਾਂ ਨੇ ਵਿਭਾਜਨ ਕੀਤਾ। ਹੁਣ ਅਦਰਸ ਵਿੱਚ ਕਿਹੜੀਆਂ ਆਣਗੀਆਂ? ਅੱਛਾ, ਅਦਰਸ ਜਿਹੜਾ ਹਿੰਦੂ ਇਸਤੇਮਾਲ ਹੀ ਨਹੀਂ ਕੀਤਾ ਉਹਨਾਂ ਨੇ, ਅਦਰਸ ਕੀਤਾ। ਅਦਰਸ ਵਿੱਚ ਉਹਨਾਂ ਨੇ ਡਿਫਾਈਨ ਕੀਤਾ, ਬ੍ਰਿਟਿਸ਼ ਪਾਰਲੀਮੈਂਟ ਵਿੱਚ ਆ ਬਿੱਲ ਪਿਆ, ਜੇ ਸਿੱਖ ਲੀਡਰਸ਼ਿਪ ਜਿਹੜੀ ਬ੍ਰਿਟੇਨ ਵਿੱਚ ਰਹਿੰਦੀ ਹੈ ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹ ਰਿਕਾਰਡ ਨੂੰ ਕਢਾ ਲੈਣ, ਸਾਰੇ ਰਿਕਾਰਡ ਨੂੰ ਪੇਸ਼ ਕੌਮ ਦੇ ਅੱਗੇ ਪੇਸ਼ ਕਰਨ। ਅਦਰਸ ਵਿੱਚ ਉਹਨਾਂ ਨੇ ਕਿਹਾ ਸੀ ਜਿੰਨੀਆਂ ਵੀ ਨੀਵੀਆਂ ਜਾਤਾਂ ਨੇ, ਅੱਛਾ ਜੀ, ਕਾਸਟਿਜ਼ਮ ਉੱਥੇ ਵੀ, ਹਾਂ, ਜਿੰਨੀਆਂ ਨੀਵੀਆਂ ਜਾਤਾਂ ਨੇ ਉਹ ਆਉਣਗੀਆਂ, ਅੱਛਾ, ਜਿਹੜੀਆਂ ਕਿ ਸਿੱਖ ਤੇ ਹਿੰਦ ਮੁਸਲਮਾਨ ਵਿੱਚ ਨਹੀਂ ਆਉਂਦੀਆਂ। ਓਕੇ, ਹੁਣ ਉਹ ਕਿਹੜੀਆਂ ਕਿਹੜੀਆਂ ਸੀ? ਜੈਨੀ ਵੀ ਸੀ, ਹਾਂਜੀ, ਬੋਧੀ ਵੀ ਸੀ, ਬ੍ਰਾਹਮਣ ਵੀ ਸੀ, ਬਿਲਕੁਲ ਠੀਕ ਹੈ ਨਾ ਜੀ, ਸ਼ਡਿਊਲ ਕਾਸਟ ਵੀ ਸੀ, ਸ਼ਡਿਊਲ ਟ੍ਰਾਈਬ ਵੀ ਸੀ, ਟ੍ਰਾਈਬਲ ਵੀ ਸੀ, ਟ੍ਰਾਈਬਲਸ ਵੀ, ਇਹ ਸਾਰੀਆਂ ਉਹਨਾਂ ਨੇ ਅਦਰਸ ਵਿੱਚ ਲਈਆਂ। ਅੱਛਾ ਜੀ, ਅਤੇ ਉਹਨਾਂ ਨੇ ਮੰਨਿਆ ਕਿ ਭਾਰਤ ਦੇ ਵਿੱਚ ਇਹ ਤਿੰਨ ਕੌਮੀਅਤਾਂ ਨੇ ਬਸ, ਓਕੇ, ਕੋਈ ਬ੍ਰਾਹਮਣ ਕੋਈ ਹਿੰਦੂਇਜ਼ਮ ਨਹੀਂ ਹੈਗਾ ਭਾਰਤ ਵਿੱਚ। ਅੱਛਾ ਜੀ, ਹਿੰਦੂਇਜ਼ਮ ਉਹਨਾਂ ਨੇ ਮੰਨਿਆ ਹੀ ਨਹੀਂ, ਬਿਲਕੁਲ ਨਹੀਂ ਮੰਨਿਆ। ਓਕੇ, ਠੀਕ ਹੈ ਨਾ ਜੀ, ਹੁਣ ਅੱਜ ਦੇ ਭਾਰਤ ਵਿੱਚ RSS ਤੇ ਹਿੰਦੁਤਵਾ ਮੈਂਟੈਲਿਟੀ ਦੇ ਤਹਿਤ ਇਹ ਸਾਰਾ ਕੁਛ ਹੀ ਭਾਰਤ ਨੂੰ ਹਿੰਦੁਤਵਾ ਵਿੱਚ ਤਬਦੀਲ ਕਰਨਾ ਚਾਹੁੰਦੇ ਨੇ। ਬਿਲਕੁਲ, ਹੁਣ ਹਿੰਦੁਤਵਾ ਵਿੱਚ ਤਬਦੀਲ ਕਰਨ ਵਾਸਤੇ ਇਹਨਾਂ ਨੇ ਜਿੰਨੇ SC ST ਅਤੇ ਟ੍ਰਾਈਬਲ ਸੀ, ਹਾਂਜੀ, ਜਲ ਜੰਗਲ ਅਤੇ ਜ਼ਮੀਨ ਦੇ ਮੁੱਦੇ ਨੂੰ ਖੜ੍ਹਾ ਕਰਕੇ ਪਹਿਲਾਂ ਉਹਨਾਂ ਵਿੱਚ ਖੌਫ ਪੈਦਾ ਕੀਤਾ। ਬਿਲਕੁਲ, ਫਿਰ ਜਿੰਨੀਆਂ ਹੋਰ ਨੀਵੀਆਂ ਜਾਤਾਂ ਸੀ ਉਹਨਾਂ ਵਿੱਚ ਇਹਨਾਂ ਨੇ ਹਿੰਦੁਤਵਾ ਦਾ ਜਜ਼ਬਾ ਪੈਦਾ ਕੀਤਾ, ਅਤੇ ਉਹਨਾਂ ਨੇ ਜਿਹੜੇ ਹਿੰਦੁਤਵਾ ਦੇ ਖਿਲਾਫ ਬੰਦੇ ਸੀ ਭਾਰਤ ਵਿੱਚ, ਹਾਂਜੀ, ਚਾਹੇ ਉਹ ਜਿਹੜੇ ਮਰਜ਼ੀ ਧਰਮ ਨੂੰ ਮੰਨ ਰਹੇ ਹੋਣ, ਚਾਹੇ ਉਹ ਬ੍ਰਾਹਮਣ ਵੀ ਕਿਉਂ ਨਾ ਹੋਣ, ਉਹਨਾਂ ਦੇ ਖਿਲਾਫ ਇਹਨਾਂ ਨੇ ਉਹਨਾਂ ਨੂੰ ਇਸਤੇਮਾਲ ਕਰਕੇ ਕਤਲੋ ਗਾਰਤ ਗੁੰਡਾਗਰਦੀ ਦਾ ਮਾਹੌਲ ਪੈਦਾ ਕਰਵਾਇਆ। ਇਹ ਜਿਹੜੀਆਂ SC ST ਅਤੇ ਟ੍ਰਾਈਬਲ ਜਥੇਬੰਦੀਆਂ ਨੇ ਇਹਨਾਂ ਵਾਸਤੇ ਵੀ ਬੜਾ ਸੁਚੇਤ ਹੋਣ ਦਾ ਮੁੱਦਾ, ਹਾਂਜੀ, ਇਸ ਵੇਲੇ, ਕਿਉਂਕਿ ਉਹਨਾਂ ਨੂੰ ਇਸ ਢੰਗ ਨਾਲ ਆਪਣੇ ਯੂਜ ਕੀਤਾ ਜਾ ਰਿਹਾ, ਵੈਪਨ ਬਣਾਇਆ ਜਾ ਰਿਹਾ ਉਹਨਾਂ ਨੂੰ, ਅਤੇ ਉਹਨਾਂ ਨੂੰ ਸ਼ੋਅ ਕੀਤਾ ਜਾ ਰਿਹਾ ਵੀ ਤੁਹਾਡੇ ਹਿੰਦੁਤਵਾ ਵਿੱਚ ਅਸੀਂ ਕੋਈ ਫਰਕ ਨਹੀਂ ਮਹਿਸੂਸ ਕਰਦੇ। ਇਸੇ ਲਈ ਇਹਨਾਂ ਨੇ ਸ਼੍ਰੀ ਰਾਮ ਮੰਦਰ ਦਾ ਜਿਹੜਾ ਪਹਿਲਾਂ ਸ਼ਿਲਾਨਿਆਸ ਕੀਤਾ ਸੀ ਉਦੋਂ ਇੱਕ SC ਕੋਲੋਂ ਕਰਵਾ ਲਿਆ। ਅੱਛਾ ਜੀ, ਅਤੇ ਉਸ SC ਮਹੰਤ ਨੂੰ ਇਹਨਾਂ ਨੇ ਹਿੰਦੁਤਵਾ ਦਾ ਮਹੰਤ ਬਣਾ ਲਿਆ। ਓਕੇ, ਇਹ ਵਾਪਰ ਚੁੱਕੀਆਂ ਨੇ ਜਿਸ ਵੇਲੇ ਮਸਜਿਦ ਢਾਈ ਗਈ ਅਯੋਧਿਆ ਦੇ ਵਿੱਚ, ਜਦੋਂ, ਹਾਂ, ਉਦੋਂ ਇਹਨਾਂ ਨੇ ਇੱਕ SC ਤੋਂ ਨੀਂਹ ਪੱਥਰ ਰਖਾਇਆ ਉਸ ਟਾਈਮ ਤੇ। ਅੱਛਾ ਜੀ, ਹੁਣ ਮੇਰਾ ਮੁੱਦਾ, ਹਾਂਜੀ, ਇੱਕ SC ਹੀ ਰਾਸ਼ਟਰਪਤੀ ਹੈ ਇਸ ਵੇਲੇ,
ਭਾਰਤ ਦਾ ਐਸੀ ਕੈਟੇਗਰੀ ਤੋਂ ਹੀ ਹੈ। ਉਸ ਐਸੀ ਕੈਟੇਗਰੀ ਦਾ ਰਾਸ਼ਟਰਪਤੀ ਜਿਸ ਵੇਲੇ ਪੂਰੀ ਜਾਂਦਾ ਤਾਂ ਉਹਨੂੰ ਪੌੜੀਆਂ ਤੋਂ ਵਾਪਸ ਭੇਜ ਦਿੱਤਾ ਜਾਂਦਾ। ਅੱਛਾ, ਕਿ ਵੀ ਤੂੰ ਐਸੀ ਹੈ, ਮੰਦਰ ਵਿੱਚ ਪ੍ਰਵੇਸ਼ ਤੇਰਾ ਨਿਸ਼ੇਧ ਹੈ। ਅਤੇ ਉਦੋਂ ਨਾ ਤਾਂ RSS ਦਾ ਮੁਖੀ ਬੋਲਦਾ ਅਤੇ ਨਾ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ, ਨਾ ਦੇਸ਼ ਦਾ ਭਾਜਪਾ ਦਾ ਕੋਈ ਆਗੂ ਬੋਲਦਾ, ਨਾ ਪ੍ਰਧਾਨ ਬੋਲਦਾ, ਨਾ ਹੀ ਰਾਸ਼ਟਰਪਤੀ ਖੁਦ ਬੋਲਦਾ। ਜਥੇਬੰਦੀਆਂ ਜਿਹੜੀਆਂ ਆਦਰਸ ਵਾਲੀਆਂ ਨੇ, ਜਿਹੜੀਆਂ ਸ਼ੂਦਰ ਕਮਿਊਨਿਟੀ ਦੀਆਂ ਜਥੇਬੰਦੀਆਂ ਨੇ, ਨਾ ਹੀ ਉਹ ਇਸ ਮੁੱਦੇ ਨੂੰ ਉਭਾਰਦੀਆਂ ਨੇ, ਬਿਲਕੁਲ ਚੁੱਪ ਰਹਿੰਦੇ ਨੇ, ਚੁੱਪ ਰਹਿੰਦੇ। ਮੰਦਰ ਦਾ ਸ਼ਿਲਾਨਿਆਸ ਹੈ, ਉਸ ਤੋਂ ਕਰਾਉਂਦੇ ਨੇ, ਉਸ ਤੋਂ ਕਰਵਾ ਰਹੇ। ਇਹਦਾ ਮਤਲਬ ਸਿੱਧਾ ਜਿਹਾ ਕਿ ਇਹਨਾਂ ਨੂੰ ਜਿਹੜੀਆਂ ਕਾਂਸਟੀਟਿਊਸ਼ਨਲੀ ਬਾਬਾ ਭੀਮ ਰਾਓ ਅੰਬੇਡਕਰ ਜੀ ਨੇ ਜਿਹਨਾਂ ਨੂੰ SC ST ਬਣਵਾ ਦਿੱਤਾ ਕਾਂਸਟੀਟਿਊਸ਼ਨਲੀ, ਉਹਨਾਂ ਨੂੰ ਵੀ ਹਿੰਦੁਤਵ ਦਾ ਸੰਦ ਬਣਨ ਤੋਂ ਆਪਣੇ ਆਪ ਨੂੰ ਰੋਕਣਾ ਚਾਹੀਦਾ। ਉਹਨਾਂ ਨੂੰ ਆਪਣਾ ਚੋਲਾ ਪਵਾਤਾ ਇਹਨਾਂ ਨੇ, ਪਵਾ ਦਿੱਤਾ। ਜਿੰਨੇ ਦੰਗੇ ਫਸਾਦ ਭਾਰਤ ਵਿੱਚ ਹੋ ਰਹੇ ਨੇ, ਸਾਰੇ ਬ੍ਰਾਹਮਣ ਉਹਨਾਂ ਤੋਂ ਕਰਵਾ ਰਹੇ ਨੇ। ਤੇ ਹੁਣ ਇਹਨਾਂ ਨੇ ਸਿੱਖ ਧਾਰਮਿਕ ਆਗੂਆਂ ਦੀ ਇਨਵੋਲਵਮੈਂਟ ਕਰਵਾ ਦਿੱਤੀ। ਮੈਂ ਤੁਹਾਡੀ ਥੋੜਾ ਪਿਛੋਕੜ, ਕਿਉਂਕਿ ਉਂਝ ਸਾਡੀ ਆਡੀਅੰਸ ਨੂੰ ਸਮਝ ਨਹੀਂ ਆਉਣਾ, ਮੈਂ ਬੈਕਗਰਾਊਂਡ ਤੁਹਾਨੂੰ ਦੱਸ ਰਿਹਾ, ਠੀਕ ਹੈ ਨਾ ਜੀ। ਹੁਣ ਜਿਸ ਵੇਲੇ ਐਸੇ ਮੁੱਦੇ 'ਤੇ ਕੇਸ ਚੱਲਿਆ ਸੁਪਰੀਮ ਕੋਰਟ ਵਿੱਚ, ਹਾਂਜੀ, ਉਸ ਵਿੱਚ ਕੇਸ ਵਿੱਚ ਕੌਣ ਸੀ? ਵਕਫ ਬੋਰਡ ਸੀ, ਸੁੰਨੀ ਅਤੇ ਸ਼ੀਆ ਵਕਫ ਬੋਰਡ ਇਨਵੋਲਵ ਸੀ, ਅਤੇ ਆਪਣਾ ਅਖਾੜਾ ਅਯੋਧਿਆ ਦਾ ਇੱਕ ਹਿੰਦੂਆਂ ਦਾ ਅਖਾੜਾ ਗਰੁੱਪ ਹੈ, ਉਹ ਇਨਵੋਲਵ ਸੀ, ਠੀਕ ਹੈ ਨਾ ਜੀ। ਉਸ ਵਿੱਚ ਜਿਸ ਵੇਲੇ ਫੈਸਲਾ ਕਰਾਉਣਾ ਸੀ, ਉਦੋਂ ਵੀ ਇਹਨਾਂ ਨੇ ਸਿੱਖ ਕੌਮ ਦੇ ਮੋਢਿਆਂ 'ਤੇ ਆਪਣੀ ਹਿੰਦੁਤਵ ਨੇ ਬੰਦੂਕ ਰੱਖ ਕੇ ਫਾਇਰ ਕੀਤਾ। ਅੱਛਾ, ਮੁਸਲਮਾਨਾਂ 'ਤੇ ਇਹ ਹੋ ਚੁੱਕਿਆ ਪਹਿਲਾਂ, ਇਹ ਹੋ ਚੁੱਕਾ ਸੁਪਰੀਮ ਕੋਰਟ ਵਿੱਚ। ਅੱਛਾ, ਕੀਤਾ ਕਿ RSS ਨੇ ਆਪਣੇ ਇੱਕ ਬੰਦੇ ਤੋਂ ਜਾਲੀ ਇਤਿਹਾਸ ਲਿਖਵਾਇਆ, ਸਿੱਖ ਤੋਂ, ਸਿੱਖ ਨੂੰ ਸਿੱਖ ਖਿਲਾਫ਼ ਵਰਤਿਆ, ਜਿਵੇਂ SC ਨੂੰ, ST ਨੂੰ, ਟ੍ਰਾਈਬਲ ਨੂੰ ਅਦਰ ਜਾਤਾਂ ਦੇ ਖਿਲਾਫ਼ ਬ੍ਰਾਹਮਣ ਹਿੰਦੁਤਵ ਵਰਤ ਰਿਹਾ, ਉਵੇਂ ਹੀ ਸਿੱਖ ਨੂੰ ਉਹ ਸਿੱਖ ਦੇ ਖਿਲਾਫ਼ ਵਰਤ ਰਿਹਾ। ਸੇਮ ਵਿਚਾਰਧਾਰਾ, ਹਾਂਜੀ। ਉਹ ਇੱਕ ਸਿੱਖ ਨੂੰ, ਰਾਸ਼ਟਰੀ ਸਿੱਖ ਸੰਗਤ ਦੇ ਬੰਦੇ ਨੂੰ ਤੋਂ ਕਿਤਾਬ ਲਿਖਵਾ ਕੇ ਸੁਪਰੀਮ ਕੋਰਟ ਵਿੱਚ ਉਹਨੂੰ ਗਵਾਹ ਬਣਵਾ ਕੇ, ਉਸ ਹਿਸਾਬ ਨਾਲ ਸੁਪਰੀਮ ਕੋਰਟ ਤੋਂ ਇਹ ਫੈਸਲਾ ਦਵਾਇਆ ਗਿਆ ਕਿ ਸਿੱਖ ਧਰਮ ਆਪਣੇ ਆਪ ਵਿੱਚ ਧਰਮ ਨਹੀਂ ਹੈ, ਹਿੰਦੁਤਵ ਦਾ ਕਲਟ ਹੈ, ਪਾਰਟ ਵੀ ਨਹੀਂ ਰਿਹਾ, ਕਲਟ ਰਹਿ ਗਿਆ। ਉਹ 1825 ਦਾ ਸਿੱਖ ਹੁੰਦੇ ਨੇ, ਉਸ ਤੋਂ ਹੀ ਹੇਠਾਂ ਚਲਾ ਗਿਆ, ਠੀਕ ਹੈ ਨਾ ਜੀ। ਹੁਣ ਕਿਸੇ ਸਿੱਖ ਸੰਸਥਾ ਨੇ ਚੈਲੇਂਜ ਨਹੀਂ ਕੀਤਾ, ਕੌਣ ਕਰੇਗਾ ਚੈਲੇਂਜ? ਹਜ਼ੂਰ ਸਾਹਿਬ ਦਾ ਤਖ਼ਤ RSS ਦੇ ਕਬਜ਼ੇ 'ਚ, ਹਜ਼ੂਰ ਸਾਹਿਬ ਦੀ ਕਮੇਟੀ RSS ਦੇ ਕਬਜ਼ੇ 'ਚ, ਪਟਨਾ ਸਾਹਿਬ ਦਾ ਤਖ਼ਤ RSS ਦੇ ਕਬਜ਼ੇ 'ਚ, ਕਮੇਟੀ RSS ਦੇ ਕਬਜ਼ੇ 'ਚ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਸਾ ਸਾਹਿਬ RSS ਦੇ ਭਾਜਪਾ ਦੇ ਮੈਂਬਰ ਅਤੇ MLA ਰਹਿ ਗਿਆ ਸੀ ਪੰਜਾਬ, ਅਤੇ ਪੰਜਾਬ ਦੇ ਤਖ਼ਤ ਉਹ ਬਾਦਲ ਸਾਹਿਬ ਰਹੀ ਉਹਨਾਂ ਦੇ ਗੁਲਾਮ, ਠੀਕ ਹੈ ਜੀ। ਹੁਣ ਇਸ ਮੁੱਦੇ ਨੂੰ ਸਿੱਖਾਂ ਨੂੰ ਸਮਝਣਾ ਚਾਹੀਦਾ ਕਿ ਪਹਿਲਾਂ ਤਾਂ ਤੁਸੀਂ ਕਲਟ ਬਣ ਗਏ, ਹੁਣ RSS ਨੇ, ਹਿੰਦੁਤਵ ਮਾਈਂਡ ਨੇ, ਹਿੰਦੂ ਮਹਾਂਸਭਾ ਨੇ ਪ੍ਰਧਾਨ ਮੰਤਰੀ ਦੇ ਸਹਿਯੋਗ ਨਾਲ, ਹੁਣ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਜਾਂ ਭਾਰਤ ਦਾ ਕੋਈ ਵੀ ਕੈਬਿਨੇਟ ਮੰਤਰੀ, ਹਾਂਜੀ, ਕਿਸੇ ਵੀ ਇੱਕ ਧਰਮ ਵਿਸ਼ੇਸ਼ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਬਤੌਰ ਪ੍ਰਧਾਨ ਮੰਤਰੀ ਨਹੀਂ ਜਾ ਸਕਦਾ, ਨਿੱਜੀ ਤੌਰ 'ਤੇ ਜਾ ਸਕਦਾ, ਧਾਰਮਿਕ ਪ੍ਰੋਗਰਾਮ ਦੇ ਵਿੱਚ ਨਹੀਂ ਜਾ ਸਕਦਾ, ਉਹ ਸੌਦੇ ਦੇ ਨਾਲ ਨਹੀਂ ਜਾ, ਨਹੀਂ ਜਾ ਸਕਦਾ, ਨਿੱਜੀ ਜਾ ਸਕਦਾ, ਨਿੱਜੀ ਜਾਵੇ ਜਿਸ ਵੇਲੇ ਆਪਣਾ ਪੰਜਾਬ ਵਿੱਚ ਕਿਸੇ ਧਰਤੀ ਦਾ ਸ਼ਿਲਾਨਿਆਸ ਕਰਨਾ ਹੁੰਦਾ, ਕਰਤਾਰਪੁਰ ਸਾਹਿਬ ਵੀ ਹੋਇਆ, ਮੈਂ ਹੁਣੇ ਦੀ ਇਹ ਐਗਜ਼ਾਮਪਲ ਤੁਹਾਨੂੰ ਦਿੰਦਾ, ਹਾਂਜੀ, ਉਦੋਂ ਤਾਂ ਮੁੱਖ ਮੰਤਰੀ ਔਰ ਭਾਰਤ ਦੇ ਮੰਤਰੀ ਇਸ ਕਹਿੰਦੇ ਨੇ ਵੀ ਸਾਡਾ ਧਾਰਮਿਕ ਪ੍ਰੋਗਰਾਮ ਨਾਲ ਕੋਈ ਤਾਲੁਕ ਨਹੀਂ, ਅਸੀਂ ਅੱਡ ਸਟੇਜ 'ਤੇ ਰੱਖਾਂਗੇ, ਅਤੇ ਉਹ ਉੱਥੇ ਉਹ ਕੀ ਕਰਦੇ ਨੇ, ਸਰਸਵਤੀ ਵੰਦਨਾ ਵਾਲੇ ਦੀਪ ਜਲਾ ਕੇ ਉਹਦਾ ਉਦਘਾਟਨ ਕਰਦੇ ਨੇ, ਔਰ ਸਾਰੇ ਸਿੱਖ ਉਸ ਵੇਲੇ ਮੁਨੀ ਬਾਬਾ ਬਣ ਜਾਂਦੇ ਨੇ, ਤਖ਼ਤ ਸਾਹਿਬ ਦੇ ਜਥੇਦਾਰ ਵੀ SGPC ਵੀ ਬਣ ਜਾਂਦੀ ਹੈ। ਅਤੇ ਜਿਸ ਵੇਲੇ ਰਾਮ ਮੰਦਰ ਦਾ ਸ਼ਿਲਾਨਿਆਸ ਕਰਨਾ ਹੈ ਤੇ ਬਤੌਰ ਪ੍ਰਧਾਨ ਮੰਤਰੀ ਜਾ ਰਿਹਾ, ਬਤੌਰ ਪ੍ਰਧਾਨ ਮੰਤਰੀ ਕਿਉਂ ਜਾ ਰਿਹਾ, ਉਸੇ ਡੈਜ਼ਿਗਨੇਸ਼ਨ ਦਾ ਇਸਤੇਮਾਲ ਕਿਉਂ ਜਾ ਰਿਹਾ, ਜਿਹੜੇ ਵੀ ਹੋਰ ਇਸਤੇਮਾਲ ਕੀਤੇ ਜਾ ਰਹੇ ਨੇ ਕਿਉਂ ਕੀਤੇ ਜਾ ਰਹੇ ਨੇ, ਇਹ ਦੋਗਲਾਪਨ ਭਾਰਤ ਦੇ ਸੰਵਿਧਾਨ ਵਿੱਚ, ਕਾਂਸਟੀਟਿਊਸ਼ਨ ਵਿੱਚ ਹੈਗਾ,
इस दोगलेपन नाल घट गिनतियां दे कतलो गारत फिर करवाई जांदी है। हुण आ जाओ इस मसले ते जिहड़ा तुहाडा सवाल है, मुख सवाल बैकग्राउंड जे इहदी है सारी। बिल्कुल, हुण इस राही जिहड़ा तुहाडा सवाल है कि भाई सारयां तों पानी जल ते धरती मंगाई जा रही, मिट्टी मंगाई जा रही है। धरती तो पानी तो मिट्टी मंगवाने का संबंध नहीं है, सिखां नूं स्पष्ट तौर पर समझ लेना चाहिए। पहली गल तो सिखां नूं यह चीज ठोक के कहनी चाहिए सी, तीरथ नहाउण जाओ तीरथ नाम है। सिखां दे विच कोई तीरथ स्थान नहीं है नाम तो सिवा, नाम तो सिवा गुरमत दी बाणी तो सिवा। ते तीरथ साबित करके इन्हां नूं हिंदू मंदिर बनाया गया। मैं तुहानूं पहली गल यह की जा रही है कि साढ़े पंजा तख्तों तीरथ बना दिता। फिर सुप्रीम कोर्ट तो पहला कहा दिता कि भई यह कल्ट है, कल्ट है, तो उन्होंने तो यह मोहर लवा रहे ने सुप्रीम कोर्ट की कल्ट की डिसीजन से भी, तो आर एस एस तो भाजपा तो मोदी तो शाह दे ते हिंदुत्वा दे इस डिसीजन से कि भारत में सिवा हिंदू कौम तो होर कोई कौम तो कोई संस्कृति नहीं है। ਜਿਵੇਂ ਇੱਕ ਪਿੱਛੇ ਰਾਜੇ ਰਾਜੇ ਜਿਹੜੇ ਇੱਕ ਇੱਟ ਬਣਾ ਕੇ ਕੈਪਸੂਲ ਜਿਹਨੂੰ ਕਹਿੰਦੇ ਉਹਦੇ ਵਿੱਚ ਹਿਸਟਰੀ ਲਿਖ ਕੇ ਖਤ ਅਤੇ ਉਹ ਚਾਂਦੀ ਦੀ ਇੱਟ ਦੇ ਵਿੱਚ ਭਰ ਕੇ ਉਹਨੂੰ ਅਤੇ ਉਹਨੂੰ ਨੀਂ 'ਚ ਦੱਬਦੇ, ਇਵੇਂ ਹੀ ਇਹ ਕਰ ਰਹੇ ਨੇ ਹਿਸਟਰੀ ਲਿਖ ਕੇ ਅਤੇ ਕੈਪਸੂਲ ਜਿਹੜਾ ਉਹ ਨੀਂ ਦੇ ਵਿੱਚ ਦੱਬਣਾ ਇਹਨਾਂ ਨੇ। ਇਹ ਹਮੇਸ਼ਾ ਲਈ ਇਹਨਾਂ ਨੇ ਹਿਸਟਰੀ ਚੇਂਜ ਕਰ ਦੇਣੀ ਹੈ। ਅਤੇ ਤੀਸਰੀ ਗੱਲ, ਸਾਡੇ ਸ੍ਰੀ ਦਰਬਾਰ ਸਾਹਿਬ ਨੂੰ ਅਤੇ ਸਾਡੇ ਸਾਰੇ ਸਰੋਵਰਾਂ ਨੂੰ ਹਾਂਜੀ ਇਹਨਾਂ ਨੇ ਤੀਰਥ ਹੀ 'ਚ ਬਦਲ ਦੇਣਾ, ਤੀਰਥ 'ਚ ਕਨਵਰਟ। ਹੁਣ ਜੇ ਅੱਜ ਇਸ ਚੀਜ਼ 'ਤੇ ਮੋਹਰ ਲਾ ਦਿੱਤੀ ਸਿੱਖ ਸੰਸਥਾਵਾਂ ਨੇ ਅਤੇ ਕੱਲ੍ਹ ਨੂੰ ਯਾਦ ਰੱਖੋ ਜਿਵੇਂ ਇਹਨਾਂ ਨੇ ਮੁਸਲਮਾਨਾਂ ਤੋਂ ਹਾਂਜੀ ਬਾਬਰੀ ਮਸਜਿਦ ਖੋਹੀ ਹੈ, ਉਵੇਂ ਹੀ ਇਹਨਾਂ ਨੇ ਕਹਿਣਾ ਹੈ ਕਿ ਸਾਡੇ ਸਾਰੇ ਤਖ਼ਤਾਂ ਵਿੱਚ ਵੀ ਮੰਦਰ ਸੀ, ਇਹ ਮੰਦਰ ਅਸੀਂ ਵਾਪਸ ਸਥਾਪਿਤ ਕਰਾਂਗੇ। ਇਸ ਦਾ ਹਾਂ ਇਸ ਦਾ ਮੁੱਢ ਬਣਿਆ ਜਾ ਰਿਹਾ ਜੀ। ਇਸ ਨਾਲ ਬਿਲਕੁਲ ਸਿੱਖ ਕੌਮ ਨੂੰ ਦੁਨੀਆਂ ਭਰ ਵਿੱਚ ਵੀ ਖਾਸ ਤੌਰ 'ਤੇ ਭਾਰਤ ਵਿੱਚ ਵੀ ਸੁਚੇਤ ਹੋਣਾ ਪਏਗਾ, ਸੁਚੇਤ ਹੋਣਾ ਪਏਗਾ। ਆਪੋ ਆਪਣੇ ਡਰ ਹੈ ਅਹੁਦਿਆਂ ਦੇ ਡਰ ਪਿੱਛੇ ਨਾ ਜਾਓ, ਲਾਲਸਾਵਾਂ ਪਿੱਛੇ ਨਾ ਜਾਓ। ਹਾਂਜੀ ਪੈਸਾ ਤੁਹਾਡੇ ਤੋਂ ਕੋਈ ਨਹੀਂ ਜੇ ਖੋ ਸਕਦਾ, ਹਾਂਜੀ ਜਾਨ ਵੱਧ ਤੋਂ ਵੱਧ ਚਲੀ ਜਾਏਗੀ, ਉਸਦੀ ਵੀ ਪਰਵਾਹ ਨਾ ਕਰੋ, ਅਕਾਲ ਪੁਰਖ ਦੀ ਹੈ। ਹਾਂਜੀ ਜੇ ਤੁਹਾਡਾ ਧਰਮ ਨਹੀਂ ਬਚਿਆ, ਤੁਹਾਡੀ ਅਣਖ ਨਹੀਂ ਬਚੀ, ਤੁਹਾਡੀ ਆਈਡੈਂਟੀ ਨਹੀਂ ਬਚੀ, ਬਿਲਕੁਲ, ਅਤੇ ਆਉਣ ਵਾਲੀਆਂ ਸਮਝੋ ਤੁਹਾਡੀਆਂ ਨਸਲਾਂ ਵੀ ਖਤਮ ਹੋ ਗਈਆਂ, ਅਤੇ ਤੁਹਾਡੀ ਧਾਰਮਿਕ ਹੀ ਨਹੀਂ ਰਾਜਨੀਤਿਕ ਵੀ ਸਮਾਜਕ ਵੀ ਕੌਮੀਅਤਾ ਦੀ ਵੀ ਤੇ ਨਾਨਕਸ਼ਾਹੀ ਸਿੱਖੀ ਦੀ ਵੀ ਹਾਂਜੀ ਟੋਟਲ ਬੀਜ ਨਾਸ਼ ਹੋ ਜਾਏਗਾ। ਇਹਦਾ ਇਹਦੇ ਨਾਲ ਹੀ ਇੱਕ ਅਗਲਾ ਸਵਾਲ ਜੁੜਿਆ ਕਿ ਇਹਦੇ ਇਸ ਮਸਲੇ ਦੇ ਨਾਲ ਸਿੱਖ ਤੇ ਮੁਸਲਮਾਨ ਵੈਰ ਜਿਹੜਾ ਆ ਉਹ ਦੁਬਾਰਾ ਪੈਦਾ ਹੋ ਸਕਦਾ? ਨਹੀਂ, ਪੈਦਾ ਕਰ ਦਿੱਤਾ ਜੀ ਇਹਨਾਂ ਨੇ, ਕਲਟ ਕਹਾ ਕੇ ਹਾਂਜੀ ਇਸਲਾਮ ਨੂੰ ਅੱਡ ਕਰ ਦਿੱਤਾ, ਇਸਲਾਮ ਨੂੰ ਅੱਡ ਕਰ, ਠੀਕ ਆ ਨਾ ਜੀ। ਹੁਣ ਰਾਮ ਜਨਮ ਭੂਮੀ 'ਚ ਸ਼ੋ ਕਰ ਰਹੇ ਨੇ ਕਿ ਬਈ ਭਾਰਤ ਸਿਰਫ ਹਿੰਦੂਆਂ ਦਾ ਖੇਤਰ ਹੈ, ਇਸ ਲਈ ਉੱਥੇ ਕਿਸੇ ਮੁਸਲਮਾਨ ਨੂੰ ਔਰ ਕਿਸੇ ਈਸਾਈ ਨੂੰ ਸੱਦਾ ਨਹੀਂ ਦਿੱਤਾ ਗਿਆ, ਕਿਸੇ ਜੈਨੀ ਨੂੰ ਵੀ ਬਤੌਰ ਜੈਨੀ ਸੱਦਾ ਨਹੀਂ ਦਿੱਤਾ ਗਿਆ, ਕਿਸੇ ਬੋਧੀ ਨੂੰ ਵੀ ਬਤੌਰ ਬੋਧੀ ਸੱਦਾ ਨਹੀਂ ਦਿੱਤਾ ਗਿਆ, ਠੀਕ ਆ ਨਾ ਜੀ। ਹੁਣ ਇਹਦੇ ਵਿੱਚ ਇਹ ਚੀਜ਼ ਹੋ ਗਈ ਕਿ ਬੋਧੀਆਂ ਨੂੰ ਵੀ ਸਿੱਖਾਂ ਦੇ ਖਿਲਾਫ ਮੁਸਲਮਾਨਾਂ ਦੇ ਖਿਲਾਫ ਖੜਾ ਕਰ ਲਿਆ, ਜੈਨੀਆਂ ਨੂੰ ਵੀ ਸਿੱਖਾਂ ਦੇ ਖਿਲਾਫ ਮੁਸਲਮਾਨਾਂ ਦੇ ਖਿਲਾਫ ਖੜਾ ਕਰ ਲਿਆ, ਐਸਸੀ ਐਸਟੀ ਟ੍ਰਾਈਬਲ ਨੂੰ ਵੀ ਸਿੱਖਾਂ ਦੇ ਖਿਲਾਫ ਮੁਸਲਮਾਨਾਂ ਦੇ ਖਿਲਾਫ ਖਤਮ ਖੜਾ ਕਰ ਲਿਆ, ਤੇ ਸਿੱਖਾਂ ਨੂੰ ਖੁਦ ਸਿੱਖਾਂ ਦੇ ਖਿਲਾਫ ਖੜਾ ਕਰ ਲਿਆ, ਖੁਦ ਸਿੱਖਾਂ ਦੇ ਖਿਲਾਫ ਬਹਿਰੂਪੀਏ ਬਣਾ ਕੇ ਵਿੱਚ ਸ਼ਾਮਲ ਕਰ ਲਿਆ। ਹੁਣ ਇਹਦੇ ਨਾਲ ਹੋਣਾ ਕੀ ਜੇ ਕੱਲ ਇਹਨਾਂ ਨੇ ਇਹ ਸਾਬਤ ਕਰਨਾ ਵੀ ਮੁਸਲਮਾਨ ਤਾਂ ਕਾਫਰ ਸੀ, ਉਹ ਤਾਂ ਅਛੂਤ ਸੀ, ਅਸੀਂ ਉਹਦੀ ਇੱਕ ਲਵਾਈ ਨਹੀਂ ਸੀ ਸਕਦੇ, ਤੇ ਫਿਰ ਭਾਰਤ ਦਾ ਏਕਤਾ ਭਰਾਤਰੀ ਪਾਓ ਜਿਹੜਾ ਕਾਂਸਟੀਟਿਊਸ਼ਨ ਵਿੱਚ ਕਿਹਾ ਗਿਆ ਕਿ ਕਿਸੇ ਨਾਲ ਧਾਰਮਿਕ ਤੌਰ 'ਤੇ ਵਿਤਕਰਾ ਨਹੀਂ ਕੀਤਾ ਜਾਏਗਾ, ਕਿਉਂ ਕੀਤਾ ਜਾ ਰਿਹਾ? ਅਤੇ ਸਿੱਖ ਇਸ ਚੀਜ਼ ਨੂੰ ਕਿਉਂ ਅਸੈਪਟ ਕਰ ਰਹੇ ਨੇ? ਕਿਉਂਕਿ ਗੁਰੂ ਨਾਨਕ ਤਾਂ ਕਹਿੰਦਾ ਅਵਲ ਅੱਲਾਹ ਨੂਰ ਉਹ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ ਜੀ। ਅਤੇ ਕੀ ਹੁਣ ਅੱਜ ਦਾ ਵਰਤਮਾਨ ਸਿੱਖ ਆਗੂ ਗੁਰੂ ਨਾਨਕ ਤੋਂ ਵੱਡਾ ਹੋ ਗਿਆ? ਅਜਿਹੇ ਸਿੱਖ ਆਗੂਆਂ ਨੂੰ ਚਾਹੇ ਉਹ ਧਾਰਮਿਕ ਨੇ, ਚਾਹੇ ਜਥੇਦਾਰ ਨੇ, ਚਾਹੇ ਪ੍ਰਧਾਨ ਨੇ, ਸਿੱਖ ਕੌਮ ਨੂੰ ਸ਼ਰੇਆਮ ਚੁਰਾਹੇ ਹੀ ਚਟਾ ਕੇ ਚਿੱਤਰ ਮਾਰਨੇ ਚਾਹੀਦੇ ਨੇ, ਜਿਹੜਾ ਵੀ ਸ਼੍ਰੀ ਰਾਮ ਮੰਦਰ 'ਤੇ ਜਾ ਕੇ ਨੀਂਹ ਪੱਥਰ ਰਖਾਏਗਾ ਜੀ। ਇਹ ਮੈਂ ਇਹਨਾਂ ਦੇ ਹੀ ਸਵਾਲਾਂ ਨੂੰ ਅੱਗੇ ਦੁਹਰਾਉਣ ਲੱਗਾ ਕਿ ਇਹਨਾਂ ਦੀ ਇੱਕ ਬੇਨਤੀ ਵੀ ਹੈ ਅਤੇ ਚੇਤਾਵਨੀ ਵੀ ਹੈ ਸਿੱਖ ਕੌਮ ਦੇ ਸਾਰੇ ਹੀ ਮੇਰੇ ਸੁਹਿਰਦ ਵੀਰਾਂ ਨੂੰ ਕਿ ਇਹਨਾਂ ਨੂੰ ਪਹਿਚਾਣੋ
ਇਹ ਕਿੰਨਾ ਦੇ ਚੋਲੇ ਪਾ ਕੇ ਕਿੰਨਾ ਦੀਆਂ ਦਸਤਾਰਾਂ ਬੰਨ ਕੇ ਰਾਮ ਮੰਦਰ ਦੇ ਉੱਤੇ ਜਾ ਰਹੇ ਨੇ। ਸਿੱਖ ਕੌਮ ਦੇ ਵਿੱਚ ਬਹੁਤ ਭਾਰੀ ਰੋਸ ਹੈ। ਇਹ ਖਾਲਸਾ ਜੀ, ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੁੰਦਲਾ ਜਿਹਾ ਅਸੀਂ ਸੁਣਿਆ ਕਿ ਉਹ ਵਿਰੋਧ ਕਰ ਰਹੇ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਮੈਂ ਬੜਾ ਸਪਸ਼ਟ ਹਾਂ, ਚਾਹੇ ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਏ ਜੀ, ਚਾਹੇ ਉਹ ਦਮਦਮਾ ਸਾਹਿਬ ਦਾ ਹੋਏ, ਹਾਂਜੀ, ਚਾਹੇ ਉਹ ਕੇਸਗੜ੍ਹ ਸਾਹਿਬ ਦਾ ਹੋਏ, ਚਾਹੇ ਪਟਨਾ ਸਾਹਿਬ ਦਾ ਹੋਏ ਅਤੇ ਚਾਹੇ ਉਹ ਹਜ਼ੂਰ ਸਾਹਿਬ ਦਾ ਹੋਏ, ਇਹ ਸਾਰੇ ਹੀ ਸਾਡੇ ਜਥੇਦਾਰ ਆਪਣੀ ਕੋਈ ਜਥੇਦਾਰੀ ਵਾਲੀ ਹੈਸੀਅਤ ਨਹੀਂ ਰੱਖਦੇ। ਬੜੀ ਸਪਸ਼ਟ ਗੱਲ ਜੇ। ਦੂਸਰੀ ਗੱਲ ਇਹ ਹੈਗੀ ਹੈ ਕਿ ਜਥੇਦਾਰ ਕਾਰਜਕਾਰੀ ਦਾ ਸਿੱਖ ਕੌਮ ਵਿੱਚ ਕੋਈ ਸੰਕਲਪ ਹੀ ਨਹੀਂ ਜੇ ਹੈਗਾ। ਮੈਂ ਮੁੱਢ ਤੋਂ ਬੋਲ ਰਿਹਾ ਕਿ ਸਿੱਖ ਕੌਮ ਵਿੱਚ ਕੋਈ ਕਾਰਜਕਾਰੀ ਪ੍ਰਬੰਧ ਦਾ ਗੁਰਮਤ ਪ੍ਰਣਾਲੀ 'ਚ ਅਤੇ ਸਿੱਖ ਰਹਿਤ ਮਰਿਆਦਾ 'ਚ ਜੀ ਕਿਤੇ ਵੀ ਕੋਈ ਪ੍ਰਬੰਧ ਨਹੀਂ ਜੇ ਕੀਤਾ ਗਿਆ, ਠੀਕ ਹੈ। ਤੀਸਰੀ ਗੱਲ, ਕੰਸਟੀਟਿਊਸ਼ਨਲੀ ਵੀ ਜੇ ਤੁਸੀਂ ਲੈ ਲਓ, ਕਿਸੇ ਵੀ ਦੇਸ਼ ਦੇ ਕੰਸਟੀਟਿਊਸ਼ਨ ਵਿੱਚ ਜੇ ਕੋਈ ਇੱਕ ਮੁਖੀ ਮਰ ਜਾਂਦਾ ਤੇ ਉਹਦੀ ਥਾਂ ਤੇ ਦੂਸਰਾ ਮੁਖੀ ਹਫ਼ਤਾ ਜਾਂ 10 ਦਿਨਾਂ ਵਿੱਚ ਆ ਜਾਂਦਾ ਤੇ ਹਫ਼ਤਾ ਜਾਂ 10 ਦਿਨ ਲਈ ਕਾਰਜਕਾਰੀ ਪ੍ਰਬੰਧ ਦਿੱਤਾ ਜਾਂਦਾ, ਹਾਂਜੀ, ਮਹੀਨਿਆਂ ਬੱਧੀ ਸਾਲਾਂ ਬੱਧੀ ਤੇ ਉਹਨੂੰ ਪਰਮਾਨੈਂਟ ਨਹੀਂ ਬਣਾਇਆ ਜਾਂਦਾ। ਤੇ ਜਥੇਦਾਰ ਸਾਡਾ ਜਿਹੜਾ ਕਾਰਜਕਾਰੀ ਹੈ ਹਰਪ੍ਰੀਤ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ, ਠੀਕ ਹੈ ਨਾ ਜੀ, ਇਹ ਵੀ RSS ਵੱਲੋਂ ਆਈ ਹੋਈ ਇੱਕ ਤਾਕਤ ਹੈ। ਇਸ ਦੇ ਨਾਲ ਪਰਮਪਾਲ ਸਿੰਘ ਵਰਗੀਆਂ 31 ਹੋਰ ਜਥੇਬੰਦੀਆਂ ਨੂੰ ਵੀ ਨਾਲ ਜੋੜਿਆ ਗਿਆ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਹੈਗਾ। ਮੈਂ ਇਹਨਾਂ ਤੋਂ ਇੱਕ ਨਹੀਂ 20 ਵਾਰੀ ਮੰਗ ਚੁੱਕਾ ਕਿ ਮੈਨੂੰ ਉਹਨਾਂ 31 ਜਥੇਬੰਦੀਆਂ ਦੀ ਸੂਚਨਾ ਦਿੱਤੀ ਜਾਏ, ਮੈਨੂੰ ਉਹਨਾਂ 31 ਬੰਦਿਆਂ ਦੀ ਜਥੇਬੰਦੀ ਦੇ ਐਡਰੈਸ ਦਿੱਤੇ ਜਾਣ, ਪ੍ਰਧਾਨ ਜਨਰਲ ਸਕੱਤਰਾਂ ਦੇ ਐਡਰੈਸ ਦਿੱਤੇ ਜਾਣ, ਕਿਉਂਕਿ ਅਸੀਂ ਵੀ ਸਿੱਖ ਕੌਮ ਦਾ ਹਾਂ, ਅਸੀਂ ਵੀ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਜੀ, ਬਿਲਕੁਲ। ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਨਹੀਂ ਦਿੰਦਾ। ਹੁਣ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਜ਼ਫਰਨਾਮਾ ਸਾਹਿਬ ਵੇਲੇ ਹਿੰਦੂਤਵਾਂ ਦੇ ਪੱਖੀ 'ਚ ਦਿੰਦਾ। ਮੈਂ ਓਪਨਲੀ ਕਹੀ ਹੈ ਕਿ ਜੋ RSS ਨੇ ਜ਼ਫਰਨਾਮੇ ਦਾ ਏਜੰਡਾ ਦਿੱਤਾ ਸੀ ਉਸ ਮੁਤਾਬਕ ਸਰਤਾਜ ਨੂੰ ਇਸਤੇਮਾਲ ਕੀਤਾ ਗਿਆ। ਸਰਤਾਜ ਨੂੰ ਤਾਂ ਕੱਲ੍ਹ ਕਿਸੇ ਨਾ ਕਿਸੇ ਪਾਰਲੀਮੈਂਟ ਦੀ ਸੀਟ ਦੇ ਦੇਣਗੇ, ਉਹ ਲੈ ਕੇ ਬੜੇ ਆਰਾਮ ਨਾਲ, ਜਿਵੇਂ ਬਾਕੀ ਗਾਇਕ ਗਏ ਨੇ, ਉਵੇਂ ਸਿੱਖ ਕੌਮ ਨੂੰ ਲਤਾੜ ਕੇ ਚਲਾ ਜਾਏਗਾ, ਮਕਸਦ ਹੀ ਫੇਮਸ ਹੋਣਾ ਆਪਣੀ ਹਸਤੀ। ਸਾਡਾ ਕੀ ਬਣੇਗਾ, ਕੌਮ ਦਾ ਕੀ ਬਣੇਗਾ? ਤੇ ਜਥੇਦਾਰ ਨੂੰ ਤੇ ਕਾਰਜਕਾਰੀ ਨੂੰ ਉਸੇ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ ਜਿਸ ਦਿਨ RSS ਨੇ 5 ਤਰੀਕ ਨੂੰ ਹੀ ਉਦੋਕੇ ਸਾਹਿਬ ਨੂੰ ਵਰਤ ਕੇ, ਜਥੇਦਾਰ ਸਾਹਿਬ ਨੂੰ ਵਰਤ ਕੇ ਪਰਮਪਾਲ ਸਿੰਘ ਤੇ ਉਦੋਕੇ ਰਾਹੀਂ ਗਲਤ ਫੈਸਲਾ ਕਰਵਾਇਆ ਸੀ। ਪਰ ਜੇ ਅੱਜ ਜਥੇਦਾਰ ਨੂੰ ਇਹ ਰਾਮ ਜਨਮ ਭੂਮੀ ਵੇਲੇ ਆਪਣੀ ਸਿੱਖੀ ਅਣਖ ਦਿਖ ਰਹੀ ਹੈ, ਮੈਨੂੰ ਤਾਂ ਬਿਲਕੁਲ ਵਿਸ਼ਵਾਸ ਨਹੀਂ ਜੇ ਹੈਗਾ ਕਿ ਜਥੇਦਾਰ ਇੰਜ ਕਰੇਗਾ, ਕਿਉਂਕਿ ਉਹਦੀ ਜ਼ਰੂਰਤ ਹੀ ਨਹੀਂ ਹੈਗੀ। ਉਹ ਆਇਆ ਹੀ ਉੱਥੋਂ ਹੈ, ਉਸੇ ਘਰ ਤੋਂ ਆਇਆ, ਉਸੇ ਲਈ ਉਹਨੇ ਕੰਮ ਕਰਨਾ। ਪਰ ਜੇ ਉਹ ਕਰੇਗਾ ਵੀ ਤਾਂ ਉਹਨੂੰ ਸ਼ਹੀਦ ਨਾ ਮੰਨਿਆ ਜੇ ਬਿਲਕੁਲ ਵੀ ਸਿੱਖ ਕੌਮ, ਫਿਰ ਉਹ ਆਪਣੇ ਪਹਿਲੇ ਕੁਕਰਮ ਛੁਪਾਉਣ ਵਾਸਤੇ ਹੋ ਸਕਦਾ ਹੁਣ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰੇ, ਤੇ ਮੈਂ ਇਸ ਦੇ ਬਿਲਕੁਲ ਖਿਲਾਫ ਹਾਂ, ਪਹਿਲੀ ਚੀਜ਼। ਦੂਸਰੀ ਚੀਜ਼, ਸੁੱਖ ਬੁਗਾਟ ਕਰਨ ਦੀ ਕੀ ਲੋੜ ਹੈ? ਜਿਹੜੀਆਂ ਗੱਲਾਂ ਦੇ ਫੈਸਲੇ ਗੁਰੂ ਕਰ ਚੁੱਕਾ ਹੈ, ਉਹਨਾਂ ਗੱਲਾਂ ਦੇ ਫੈਸਲਿਆਂ ਨੂੰ ਦੁਬਾਰਾ ਕਰਨ ਦਾ ਅਧਿਕਾਰ ਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ, ਨਾ ਸਰਸੇ ਕੋਲ ਹੈ, ਨਾ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਕੋਲ ਹੈ, ਨਾ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਕੋਲ ਹੈ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ, ਨਾ ਖਾਲਸਾ ਪੰਥ ਕੋਲ। ਜੇ ਇਹ ਵੀ ਖਾਲਸਾ ਪੰਥ ਨੂੰ ਸਮਝ ਲੈਣਾ ਚਾਹੀਦਾ, ਜਿਨ੍ਹਾਂ ਦੇ ਫੈਸਲੇ ਗੁਰੂ ਕਰ ਚੁੱਕਾ ਖੁਦ ਜੀਵਨ ਕਾਲ ਵਿੱਚ, ਉਸ ਨਮਿੱਤ ਤਾਂ ਕੋਈ ਚਰਚਾ ਹੋਣੀ ਨਹੀਂ ਚਾਹੀਦੀ। ਜਿਸ ਵੇਲੇ ਸਾਡੇ ਸ੍ਰੀ ਦਰਬਾਰ ਸਾਹਿਬ ਦੇ 5 ਤਖਤਾਂ ਨੂੰ ਉਹਨਾਂ ਨੇ ਬਤੌਰ ਤੀਰਥ ਐਲਾਨ ਕੇ ਉੱਥੋਂ ਮਿੱਟੀ ਤੇ ਜਲ ਲਿਆਉਣ ਦਾ ਅਨਾਊਂਸਮੈਂਟ ਕੀਤੀ ਸੀ, ਜੇ ਸਾਡੇ 'ਚ ਸਿੱਖੀ ਅਣਖ ਹੁੰਦੀ, ਜੇ ਅਸੀਂ ਨਾਨਕਸ਼ਾਹੀ ਸਿੱਖੀ ਨਾਲ ਤੇ ਗੁਰੂ ਗ੍ਰੰਥ ਗੁਰੂ ਪੰਥ ਨਾਲ ਪ੍ਰਣਾਏ ਹੁੰਦੇ ਤੇ ਸਾਡੇ ਜਥੇਦਾਰਾਂ ਨੂੰ ਬਿਨਾਂ ਕਿਸੇ ਚਰਚਾ, ਬਿਨਾਂ ਕਿਸੇ ਵਿਚਾਰ ਤੇ ਸਾਡੀਆਂ ਇਹਨਾਂ ਪ੍ਰਬੰਧਕ ਕਮੇਟੀਆਂ ਨੂੰ ਬਿਨਾਂ ਕਿਸੇ ਨਾਲ ਵਿਚਾਰ ਕੀਤੇ ਉਸ ਵੇਲੇ ਠੋਕ ਕੇ ਜਵਾਬ ਦੇਣਾ ਚਾਹੀਦਾ ਸੀ ਕਿ ਵੀ ਸਿੱਖੀ 'ਚ ਅਜਿਹਾ ਕੋਈ ਪ੍ਰਬੰਧ ਨਹੀਂ ਹੈਗਾ, ਸਿੱਖੀ 'ਚ ਕੋਈ ਤੀਰਥ ਸਥਾਨ ਨਹੀਂ ਹੈਗਾ, ਤੇ ਸਿੱਖ ਧਰਮ ਕਿਸੇ ਵੀ ਦੋ ਧਰਮਾਂ ਦੀ ਲੜਾਈ 'ਚ ਆਪਣੇ ਆਪ ਨੂੰ ਨਹੀਂ ਪਾਏਗਾ। ਸਾਡੇ ਲਈ ਸਾਰੀ ਦੁਨੀਆ ਇੱਕ ਸਮਾਨ ਹੈ, ਸਾਰੀ ਮਨੁੱਖਤਾ ਇੱਕ ਸਮਾਨ ਹੈ,
सिखी च कोई किसी नाल वैर विरोध नहीं है ते असी कहंदे आ ना हम हिंदू ना मुसलमान अल्लाह जी के पिंड भरा सीधी जी गल है जी ते साडे जत्थेदार उदो नहीं बोले हले तक जे सुगबुकाहट चल रही है दैट मीनस के लैन देन कर रहे ने मेरे वर्गे हर सिख नू अधिकार है कि उन्हां नू राई छटालो ते चित्तर मारो क्योंकि यह नानक शाही सिखी नू ढा रहे ने साहिब श्री गुरु गोबिंद सिंह पातशाह जी दे खंडे बाटे दी पोल नू ढा रहे ने खालसा पंथ दी गुरमत सिद्धांत नू ढा रहे ने गुरु सिद्धांत नू ढा रहे ने ऐसे तो किसी विचार चर्चा की लोड़ ही नहीं हैगी मैनू नहीं समझ आता कि सिख मचलिया पिया कि सिख सुता पिया मैं मानना कि सिख धड़े बंद मचलिया भी होया तो निजी गरजा का गुलाम होके सिखी स्वरूप ही सिखी आपो अपनिया लालसावं पूरिया करन वास्ते ढा मार रहा है तो साड़ी अज की सिख कौम की जवानी नस्ल नू आने वाली नस्ल और साडे ही बच्चे कदे माफ नहीं करेंगे कि तुहाडे जीवन काल च अजिहे कुकर्म होए कि तुसी नानक शाही सिक्खी तो इस कदर थिड़के हुए बंदे सी अज दा सिख जिहड़ा उह अजे भी इन्हां वल वेख रहा कि शायद ये कौम की अगवाई करनगे इह अगवाई किवें करनगे इन्हां नूं तुसी आगू मानदे ही क्यों हो देखो हर सिख कहिंदा जी असीं इन्हां तों दुखी हाँ मैं सिखां तों दुखी हाँ पुछो क्यों उह इस गल करके जिदे नाल भी मैं गल करदा वो कहंदे ने जी बादलां दे कब्जे तो SGPC छडानी है लानत है यार तुहाडी ते लानत है तुहाडी है सोच ते कब्जे दा की तालुक हैगा मतलब बादलां तो कब्जे तो छुटा के तुसी कब्जे ही चलानी है तुहाडे कोल केड़ी विचारधारा है वो तो दसो ना किस विचारधारा दे तहत तुसी सिख कौम नूं अगे लैके जाना वो तो दसो ना तुहाडे कोल की मास्टर माइंड प्लान हैगा वो तो दसो ना प्लान दसो सिर्फ तुसी सत्ता थ्यानी है सत्ता थ्यानी है ते साडी सिख धर्म नूं सत्ता दे इक केंद्र उवें ही नशियां दा जिवें नशा ही बन जांदा ना बंदा ऐ भी धार्मिक नशियां राजनीतिक सत्ता दे नशे च असीं सिर्फ चौधरां दी भुख मगर भजदे पए आ इक दूजे नाल आपातापी कीते आ साडे किसे आगू ने मैं किसे दा नां नहीं लैणा चाहुंदा पूछा लंबियां करदे फिरदे ने जिवें तुसीं 31 जथेबंदियां दा जिक्र कीता ओह पूछा ही लंबियां करदे पूछा ही लंबा कर रहे ने जिहड़ा भी सिख हैगा सारे गुरमत वास्ते ठूहे बन गए जे किसे भी ठूहे ते तुसी गुरमत दी छड़ी रखोगे ज्ञान दी छड़ी छेवीं पातशाह ने रखी गूंगे तो भी ज्ञान प्रगट करा दिता अज तो सिख अजिहा मचलिया होया ठूआ बनिया होया जे जिथे तुसी गुरमत दी छड़ी रखोगे उसे नूं ही डंग मारेगा सिखां नूं अपनी मनोबिरति छड़नी पैनी है त्यागनी पैनी है कुरबानी सब तो पहला हर सिख नूं अपनी मनोबिरति च बैठे ब्राह्मण नूं त्यागना पैना है ते ब्राह्मण ढिड्डी च ते जिहड़ा दिमाग च बैठा है जिस दे असीं गुलाम बनाए जा रहे हैं राम जन्म भूमि दे तहत भी गुलाम बनाए जा रहे हैं हमेशा लई है निशान साडे ते मोहर लग जानी है कि सिख हिंदुआं दा हिस्सा ने बिल्कुल बिल्कुल होर ओह नीहां च तुन्ने गए तुसीं इह समझ लो सिक्खी नूं तुसीं नीहां च तुन्नोगे ते तुहाडी गुरमत दीआं नीहां विच राम दी मूर्ति खड़ी कर दिती जाएगी जिवें दरबार साहिब विच पहला मूर्तियां स्थापित हो गईयां सी अज तुसी ओह कुकर्म करन जा रहे हो जे इस तों रुकना है तीन तरीके होंदे जी मैनू हमेशा लोकी कह दिंदे ने जी आ कंट्रोवर्शियल मैं कोई कंट्रोवर्शियल गल नहीं करदा मैं कॉन्स्टिट्यूशनल गल करदा मैं हमेशा न्यायपरक बंदा मैं निरपो ते निर्वैर हाँ सिख की कंट्रोवर्सी तो उदन ही स्टार्ट होगी जिदन गुरु नानक साहब जी ने एक ओंकार लिख दिता से जिस वेले गुरु नानक ने कह दिता ना हम हिंदू ना मुसलमान अल्लाह जी के पिंड प्राण उस वेले ही 550 साल तो ब्राह्मणा हिंदुत्व माइंड जेड़ा चाणक्य का माइंड सी उसका संघर्ष गुरु नानक नाल ते गुरु नानक दी सिक्खी नाल शुरू होया होया जी पंडित मुल्ला जो लिख दिया छाड़ चले हम कछु ना लिया बिल्कुल ठीक है ना जी ते सिख नूं अज प्रमाणित करना पएगा प्रमाणित किवें करना पएगा सिख दी मनोवरती च ब्राह्मण बैठ गया जी टिड्डी च ब्राह्मण बैठ गया घर करके बैठ गया साडा तां लीवर ही ब्राह्मण बन गया नजरिया देण लग गया स्टेजां दे उत्ते हां जी नजरिया ते हुण जे इस ब्राह्मण नूं मारना जी
चाहे कोई सिख मीट खाता नहीं खाता मेरा वो कोई ताल्लुक नहीं है, ना मैं कहना खाओ ना मैं कहना ना खाओ। बिल्कुल, पर जेड़े सिख मीट खाते ने उन्हां नूं कह देना चाहिए कि भाई सानू तां ना सूर मना है ना गां खानी मना, ना गां खानी मना है। एक बारी तुसी एलानिया तौर ते कह दिओ हाँ जी कि भाई साडे लई गां खानी मना नहीं है। हाँ जी, आ जिन्नियां सड़कां ते घूमदियां फिरदियां जे सारियां तुन दिओ, एक्सीडेंट होना बंद हो जाणगे मोदी दे करे जाके। जिस दिन सिख ने कह दिता बई असी तां हर चीज खा सकते हैं, हाँ जी साडे वास्ते सब भोजन है, जिहड़े खांदे ने ओह कह देण जुरत करन। बिल्कुल, उसे दिन इस ब्राह्मण ने कहना तू भी मले च भाई मुसलमान वाकन, तेरी भी राम जन्म भूमि च असी इट नहीं लांदे। ऐ जे इक संघर्ष दा ख्याल, संघर्ष दा राह, सिखां नूं मौके अनुसार ओह संघर्ष आरंभ करने चाहीदे ने, जिहड़े संघर्ष उहनां नूं किसे निर्माणकारी गुरमत नाल जोड़न। कौम अकाल तख्त साहब वाल देख रही है कि वह सिरमौर संस्था मेरे हिसाब नाल ऐलान ही उत्थों होना चाहिए। बिल्कुल, पंजा तख्ता तो होना चाहिए, नहीं जरूरत इन्हें चाहिए खालसा पंथ नूं आप ऐलान कर देना चाहिए, ऐलान कर देना चाहिए, क्यों नहीं बाहर विदेशों च बैठे सिख कर देंगे, करना चाहिए, ठोक के करो, देखो किवें जंग आरंभ होंदी है। हाँ जी ठीक है ना, सिख कौम दा खाना वखरा, पहरावा वखरा, सिद्धांत वखरा, सारे तौर तरीके वखरे, साडे साडे साडा सभ्याचार वखरा। हाँ। साडी सिविलाइजेशन वखरी। बिल्कुल, ते तुसी तुसी लै दे के बना की दिता सिख नूं कल्ट, गऊ ब्राह्मण की रखिया लई कल्ट, कल्ट ओ भी गऊ ब्राह्मण दी रखिया लई कल्ट। हां जी, जेड़ा सिख खर दर्रे खैबर बंद करन दी जरूरत रखदा ओनू गऊ गरीब दी रखिया वास्ते बनाता, ते भाई साडा गऊ गरीब नाल कोई ताल्लुक नहीं जे ਇਹਨੂੰ ਠੋਕ ਕੇ ਸਿੱਖ ਪ੍ਰਮਾਣਿਤ ਕਰਦੇ। ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜੀ ਹਰ ਸਿੱਖ ਨੂੰ ਆਪਣੀ ਮਨੋਬਿਰਤੀ 'ਚ, ਜਿਹੜਾ ਪੜ੍ਹ ਲਿਖ ਗਿਆ ਸਿੱਖ ਜੀ, ਉਹ ਪੜ੍ਹੇ ਲਿਖੇ ਸਿੱਖ ਨਾਲ ਮੈਨੂੰ ਬੜੀ ਵੱਡੀ ਸ਼ਿਕਾਇਤ ਜੇ, ਅਨਪੜ੍ਹਾਂ ਨਾਲ ਕੀ ਸ਼ਿਕਾਇਤ ਕਰੀਏ ਜੀ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਆ, ਮੇਰੇ ਗੁਰੂ ਨੇ ਮੈਨੂੰ ਸਿਖਾਇਆ ਜੀ। ਪੜ੍ਹਿਆ ਲਿਖਿਆ ਜਿੰਨਾ ਵੀ ਸਿੱਖ ਹੈਗਾ ਉਹ ਆਪਣੇ ਆਪ ਨੂੰ ਪੰਜਾਬੀਅਤ ਵਾਲੇ ਪਾਸੇ ਲੈ ਕੇ ਤੁਰ ਪਿਆ। ਗੁਰਮਤ ਦਾ ਕਾਣ ਹੈ ਪੰਜਾਬੀਅਤ, ਗੁਰੂ ਨਾਨਕ ਤੋਂ ਪਹਿਲਾਂ ਵੀ ਪੰਜਾਬੀਅਤ ਸੀ, ਬਾਬਾ ਫਰੀਦ ਜੀ ਬੁੱਲੇ ਸ਼ਾਹ ਜੀ ਦੀ ਪੰਜਾਬੀਅਤ ਸੀ ਜੀ, ਹੋਰ ਉਸ ਤੋਂ ਪਹਿਲਾਂ ਪੰਜਾਬੀਅਤ ਉਸ ਤੋਂ ਪਹਿਲਾਂ ਪੰਜਾਬੀਅਤ ਸੀ ਜੋਗੀਆਂ ਦੀ, ਸਿੱਧ ਜੋਗੀ ਜਿਹੜੇ ਸੀ ਸਾਰੇ ਪੰਜਾਬੀ ਪੰਜਾਬੀਅਤ ਦੇ ਸੀ। ਗੁਰੂ ਨਾਨਕ ਨੇ ਕਿਹਾ ਕਿ ਮੈਂ ਸਾਰਾ ਕੁਛ ਛੱਡ ਦਿੱਤਾ। ਗੁਰੂ ਨਾਨਕ ਨੇ ਹਰ ਇੱਕ ਪ੍ਰਚਲਿਤ ਸਿਧਾਂਤ, ਸੰਕਲਪ, ਭਾਸ਼ਾ, ਸੰਸਕ੍ਰਿਤੀ, ਸੱਭਿਆਚਾਰ, ਸਿਵਿਲਾਈਜੇਸ਼ਨ, ਰਾਜਨੀਤੀ, ਚੌਧਰ, ਨਿਆਂ ਪ੍ਰਣਾਲੀ, ਹਰ ਇੱਕ ਜੋ ਪ੍ਰਚਲਿਤ ਸੀ ਉਸਦਾ ਸਰਵਨਾਸ਼ ਕਰਕੇ, ਕੰਡੈਮ ਕੀਤਾ, ਨਹੀਂ ਕੰਡੈਮ ਨਹੀਂ ਕੀਤਾ, ਮੈਂ ਉਹੀ ਕਹਿ ਰਿਹਾ, ਉਸਦਾ ਸਰਵਨਾਸ਼ ਕਰ ਦਿੱਤਾ। ਓਕੇ, ਗੁਰੂ ਨਾਨਕ ਸੁਧਾਰਵਾਦੀ ਨਹੀਂ ਸੀ ਜੀ, ਮੈਂ ਬਾਰ ਬਾਰ ਕਹਿੰਦਾ, ਗੁਰੂ ਨਾਨਕ ਨੂੰ ਅਸੀਂ ਸੁਧਾਰਵਾਦੀ ਬਣਾ ਦਿੱਤਾ, ਗੁਰੂ ਨਾਨਕ ਕ੍ਰਾਂਤੀਕਾਰੀ ਸੀ, ਪਹਿਲਾ ਐਕਟਿਵਿਸਟ ਸੀ ਸੰਸਾਰ ਵਿੱਚ ਜਿਹਨੇ ਕਿਹਾ ਪ੍ਰਚਲਿਤ ਸਾਰਾ ਕੁਛ ਰੱਦ ਰੱਦ ਤੇ ਉਹਨੂੰ ਖਤਮ ਕਰ ਦਿੱਤਾ। ਖਤਮ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਇੱਕ ਆਪਣੀ ਪ੍ਰਣਾਲੀ ਦਿੱਤੀ, ਗੁਰਮਤ ਪ੍ਰਣਾਲੀ, ਸਿੱਖੀ ਸਿੱਖੀ ਸਿਵਿਲਾਈਜੇਸ਼ਨ, ਉਸਦੀ ਭਾਸ਼ਾ ਬਣਾਇਆ ਗੁਰਮੁਖੀ, ਤੇ ਪੜ੍ਹਿਆ ਲਿਖਿਆ ਨੇ ਗੁਰਮੁਖੀ ਨੂੰ ਫਿਰ ਪੰਜਾਬੀਅਤ ਬਣਾ ਦਿੱਤਾ। ਮੈਂ ਚੈਲੇਂਜ ਨਾਲ ਕਹਿੰਦਾ ਜਿਹੜੇ ਆ ਰਾਮ ਜਨਮ ਭੂਮੀ ਤੇ ਅੱਜ ਤੁਰੇ ਫਿਰੀ ਜਾਂਦੇ ਨੇ ਤੇ ਆਪਣੇ ਆਪ ਨੂੰ ਦੁਨੀਆਂ ਭਰ ਵਿੱਚ ਕਹਿੰਦੇ ਨੇ ਅਸੀਂ ਪੰਜਾਬੀ ਕੌਮ ਆ, ਪੰਜਾਬੀ ਸਿੱਖ ਕੌਮ ਦੀ ਥਾਂ ਤੇ ਪੰਜਾਬੀ ਕੌਮ ਕਹਿਣਾ ਸ਼ੁਰੂ ਹੋ ਗਏ, ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਵਿੱਚ ਵੀ ਪੰਜਾਬੀ ਕੌਮ ਲਿਖਿਆ ਜਾਣਾ ਸ਼ੁਰੂ ਹੋ ਗਿਆ। ਇਹ ਜੇ ਹਿੰਦੁਤਵਾ ਮਾਇੰਡ, ਤੁਹਾਨੂੰ ਦੂਸਰੇ ਤਰੀਕੇ ਨਾਲ ਕੋਈ ਹਿੰਦੂ ਆਪਣੀ ਭਾਸ਼ਾ ਪੰਜਾਬੀ ਨਹੀਂ ਲਿਖਾਉਂਦਾ, ਪਰ ਸਿੱਖ ਹੀ ਕੋਲੋਂ ਹੀ ਹਿੰਦੂ ਅਖਵਾਉਂਦਾ ਤੂੰ ਪੰਜਾਬੀ ਹੈ, ਸ਼ਸਤਰ ਨਾ ਮਾਰ ਕੇ ਦੇਖ ਲਿਆ, ਨਹੀਂ ਮਰੇ ਸ਼ਸਤਰ ਨਾ ਮਾਰਨਾ ਸ਼ੁਰੂ ਕਰ। ਹੁਣ ਇਹ ਪੰਜਾਬੀਅਤ ਦੇ ਅਲੰਬਰਦਾਰ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਸਿੱਖ ਪੜ੍ਹੇ ਲਿਖੇ, ਇਹ ਸਭ ਤੋਂ ਵੱਡਾ ਖਤਰਾ ਜੇ ਸਿੱਖ ਕੌਮ ਔਰ ਗੁਰੂ ਨਾਨਕ ਦੇ ਸਾਹਮਣੇ, ਜੇ ਪੰਜਾਬੀਅਤ ਹੀ ਅਲੰਬਰਦਾਰੀ ਹੈ ਤੁਹਾਡੀ, ਫਿਰ ਮੈਂ ਜ਼ਰੂਰਤ ਨਾਲ ਕਹਿੰਦਾ ਕਿ ਹੀਰ ਸੱਸੀ ਪੁੰਨੂ ਆਕਣ, ਹੀਰ ਰਾਂਝੇ ਆਕਣ, ਆਪਣੀਆਂ ਧੀਆਂ ਅਤੇ ਅਣਖ ਦੇ ਕਤਲ ਕਿਉਂ ਕਰਦੇ ਹੋ, ਭਜਾਓ ਰਾਂਝਿਆਂ ਨਾਲ, ਕਿਉਂ ਨਹੀਂ ਭਜਾਉਂਦੇ, ਕਿਉਂ ਨਹੀਂ ਭਜਾਉਂਦੇ, ਜੇ ਪੰਜਾਬੀਅਤ ਦੇ ਹੀ ਅਲੰਬਰਦਾਰ ਹੋ ਤੇ ਸਾਡਾ ਪੰਜਾਬੀਅਤ ਦਾ ਸੰਸਕ੍ਰਿਤੀ ਤਾਂ ਉਹੀ ਹੈ, ਤੇ ਪੰਜਾਬੀਅਤ ਦੀ ਸੰਸਕ੍ਰਿਤੀ 'ਚ
इतिहास ही च लिखिया की लिखिया होया। बड़ी वड्डी गल अज मैं तुहाडे नाल करन जा रहा सिंघनाद रेडियो नाल, क्योंकि मैनू भरोसा है सिंघनाद रेडियो ते ते प्रभदीप सिंह जी ते कट नहीं मारदे जी, ठीक है ना जी। एक राजा होया जे पंजाब दी धरती ते 5000 साल पहला चज उन्हें जिवें चाणक्य वाणी लिखी गई, जिवें मनु स्मृति लिखी गई, उवें एक चज स्मृति लिखी गई जे पंजाब दी। सानू नहीं दस्या जांदा क्योंकि सानू साडे इतिहास नाल जोड़िया ही नहीं जांदा। जिहड़ी चज स्मृति सी ਉਹ ਇੱਥੋਂ ਦੇ ਪੰਜਾਬੀਆਂ ਲਈ ਲਿਖੀ ਗਈ ਸੀ ਔਰ ਉਸ ਪੰਜਾਬੀਆਂ ਨੂੰ ਗੁਲਾਮ ਬਣਾਉਣ ਲਈ 5000 ਸਾਲ ਪਹਿਲਾਂ ਬ੍ਰਾਹਮਣ ਨੇ ਲਿਖੀ ਸੀ ਔਰ ਉਸ ਬ੍ਰਾਹਮਣ ਨੇ ਇਹ ਕਿਹਾ ਸੀ ਕਿ ਚੱਜ ਸਮ੍ਰਿਤੀ ਅਨੁਸਾਰ, ਕਿਉਂਕਿ ਇੱਥੇ ਜਿਹੜੀ ਵੀ ਆਪਣਾ ਵਾਹੀ ਕਰਨ ਵਾਲੀ ਕਮਿਊਨਿਟੀ ਸੀ, ਮਜ਼ਦੂਰ ਕਿਸਾਨ ਕਮਿਊਨਿਟੀ ਸੀ, ਹੱਥੀਂ ਕਿਰਤ ਕਰਨ ਵਾਲੇ ਕਮਿਊਨਿਟੀ ਸੀ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਕਿਹਾ ਸਿਰਫ ਬ੍ਰਾਹਮਣ ਕਮਿਊਨਿਟੀ ਉੱਚੀ ਹੈ, ਤੁਸੀਂ ਸਾਰੇ ਗੁਲਾਮ ਹੋ ਤੇ ਉਹਨਾਂ ਦੀ DNA ਨੂੰ ਚੇਂਜ ਕਰਨ ਵਾਸਤੇ, ਉਹਨਾਂ ਦੀ ਜੀਨਸ ਨੂੰ ਚੇਂਜ ਕਰਨ ਵਾਸਤੇ ਚੱਜ ਸਮ੍ਰਿਤੀ ਉਸ ਵੇਲੇ 5000 ਸਾਲ ਪਹਿਲਾਂ ਲਿਖੀ ਗਈ। ਉਹਦੇ 'ਚ ਇਹ ਦਰਜ ਕੀਤਾ ਗਿਆ ਕਿ ਇਹਨਾਂ ਜਾਤਾਂ ਵਿੱਚੋਂ ਕੋਈ ਵੀ ਬੰਦਾ ਜਦੋਂ ਵਿਆਹਿਆ ਜਾਏਗਾ 7 ਦਿਨ ਉਹਦੀ ਜਨਾਨੀ ਬ੍ਰਾਹਮਣ ਕੋਲ ਰਹੇਗੀ, ਚਾਹੇ ਇਹ ਜੱਟ ਸੀ, ਚਾਹੇ ਇਹ ਖੱਤਰੀ ਸੀ, ਚਾਹੇ ਇਹ ਆਪਣੇ ਜਿਵੇਂ ਕਹਿ ਦਿੰਦੇ ਨੇ ਨਾ ਤਰਖਾਣ ਸੀ, ਚਾਹੇ ਇਹ ਲੁਹਾਰ ਸੀ, ਇਹ ਸਾਰਿਆਂ ਲਈ ਇੱਕ ਸਮਾਨ ਹੁਕਮ ਸਮੇਂ ਅਣਖ ਨੂੰ ਮਾਰਨ ਵਾਸਤੇ। ਹਾਂ, ਇਹ ਪੰਜਾਬ ਵਿੱਚ ਚੱਲੀ ਚੱਜ ਸਮ੍ਰਿਤੀ, ਭਾਰਤ ਵਿੱਚ ਨਹੀਂ ਚੱਲੀ। ਮੈਂ ਪਹਿਲੀ ਵਾਰੀ ਤੁਹਾਡੇ ਰੇਡੀਓ 'ਤੇ ਇਸ ਚੀਜ਼ ਨੂੰ ਸਾਹਮਣੇ ਲਿਆ ਰਿਹਾ। ਮੈਂ ਇਸ 'ਤੇ ਕਦੇ ਪੂਰਾ ਇੱਕ ਪ੍ਰੋਗਰਾਮ ਕਰ ਦਾਂਗਾ ਕਿ ਚੱਜ ਸਮ੍ਰਿਤੀ ਕੀ ਸੀ। ਇਹ ਉੱਥੋਂ ਤੋਂ ਸੰਘਰਸ਼, ਉਹ ਸੀ ਪੰਜਾਬੀਅਤ। ਅੱਜ ਦਾ ਸਿੱਖ ਜੇ ਆਪਣੇ ਆਪ ਨੂੰ ਕਹਿੰਦਾ ਮੈਂ ਪੰਜਾਬੀਅਤ ਆ ਤੇ ਆਪਣੀਆਂ ਧੀਆਂ ਭੈਣਾਂ ਕੀ ਤੋਰੋਗੇ 7 ਦਿਨ ਬ੍ਰਾਹਮਣ ਦੇ ਨਾਲ? ਲਾਹਨਤ ਆ ਤੁਹਾਡੇ 'ਤੇ, ਤੁਸੀਂ ਜਿਹੜੇ ਕਹਿੰਦੇ ਹੋ ਕਿ ਅਸੀਂ ਪੰਜਾਬੀਅਤ ਦੇ ਲੰਬਰਦਾਰ ਹਾਂ, ਜਿਹੜੀਆਂ ਯੂਨੀਵਰਸਿਟੀਆਂ ਕਹਿੰਦੀਆਂ ਅਸੀਂ ਪੰਜਾਬੀਅਤ ਦੇ ਲੰਬਰਦਾਰ ਹਾਂ। ਪੰਜਾਬ ਵਿੱਚ ਸਿਰਫ ਤੇ ਸਿਰਫ ਗੁਰਮੁਖੀ ਦਾ ਲੰਬਰਦਾਰ ਹੋਇਆ ਜਾ ਸਕਦਾ। ਗੁਰਮੁਖੀ ਭਾਸ਼ਾ ਵੀ ਹੈ, ਗੁਰਮੁਖੀ ਲਿਪੀ ਵੀ ਹੈ, ਜਿਵੇਂ ਹਿਬਰੂ ਭਾਸ਼ਾ ਵੀ ਹੈ, ਹਿਬਰੂ ਲਿਪੀ ਵੀ ਹੈ। ਜਿਹੜੇ ਅੱਜ ਪੰਜਾਬੀਅਤ ਦਾ ਨਾਰਾ ਦੇ ਰਹੇ ਚੱਜ ਪੰਜਾਬੀ ਹੈ, ਇਹ ਚੱਜ ਪੰਜਾਬੀ ਹੈ, ਟੋਟਲ ਚੱਜ ਪੰਜਾਬੀ ਹੈ। ਇਸ ਚੀਜ਼ ਨੂੰ ਸਮਝ ਲਓ ਤੇ ਸ਼੍ਰੀ ਰਾਮ ਮੰਦਿਰ ਤੋਂ ਉਹੀ ਚੱਜ ਪੰਜਾਬੀਅਤ ਸਾਡੇ ਸਿੱਖਾਂ ਰਾਹੀਂ ਸਿੱਖਾਂ ਨੂੰ ਮਾਰਨ ਵਾਸਤੇ ਆਰੰਭ ਕਰਵਾਈ ਜਾ, ਸਿੱਖਾਂ ਦੇ ਮੋਢਿਆਂ ਦੇ ਬਹਿ ਰਿਹਾ। ਮੈਂ ਮੇਰਾ ਆਖਰੀ ਸਵਾਲ ਵੀ ਇਹੀ ਹੈ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਜੇ ਉਹ ਨਹੀਂ ਕਰਦੇ ਕੁਛ ਵੀ ਇਸ ਮਸਲੇ 'ਤੇ, ਅਤੇ ਕੌਮ ਨੂੰ ਕੀ ਕਰਨਾ ਚਾਹੀਦਾ? ਦੇਖੋ ਜੀ, ਮੈਨੂੰ ਤਾਂ ਕਿਸੇ ਜਥੇਦਾਰ ਤੋਂ ਕੋਈ ਉਮੀਦ ਨਹੀਂ ਜੇ, ਕਿਉਂਕਿ ਸਾਰੇ, ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ, ਪਹਿਲਾਂ ਵੀ ਕਹਿ ਚੁੱਕਾ, ਸਾਰੇ ਬਾਦਲ ਪਰਿਵਾਰ ਰਾਹੀਂ RSS ਦੇ ਹਿੱਸੇਦਾਰ ਨੇ, ਸਾਰੀਆਂ ਹੀ ਸਾਡੀਆਂ ਪ੍ਰਬੰਧਕ ਕਮੇਟੀਆਂ RSS। ਮੈਨੂੰ ਤਾਂ ਬੜਾ ਅਫਸੋਸ ਹੁੰਦਾ ਜਦੋਂ SGPC ਦਾ ਮੈਂਬਰ ਕਹਿੰਦਾ 267 ਸਰੂਪ ਗਾਇਬ ਹੋ ਗਏ ਜੀ, ਸਾਨੂੰ ਪਤਾ ਨਹੀਂ, ਅਤੇ ਇਹੋ ਜਿਹੇ SGPC ਦੇ ਮੈਂਬਰਾਂ ਨੂੰ SGPC ਰਹਿਣ ਦਾ ਹੱਕ ਵੀ ਨਹੀਂ, ਡੁੱਬ ਕੇ ਮਰ ਜਾਣਾ ਚਾਹੀਦਾ, ਡੁੱਬ ਕੇ ਮਰ, ਸਾਡੇ ਗੁਰੂ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 267 ਸਰੂਪ ਗਾਇਬ ਹੋ ਜਾਣ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਹਿਣ ਜੀ ਐਕਸ਼ਨ ਹੋਣਾ ਚਾਹੀਦਾ ਅੱਜ 6 ਸਾਲ ਬਾਅਦ, ਅਤੇ ਜਿਹੜੇ 6 ਸਾਲ ਤੋਂ ਤੁਸੀਂ ਮੈਂਬਰ ਔਰ ਪ੍ਰਬੰਧਕ ਚੱਲ ਰਹੇ ਹੋ ਉਹਨਾਂ ਸਾਰਿਆਂ ਦਾ ਤਾਂ ਸ਼ਰੇਆਮ ਕੋਰਟ ਮਾਰਸ਼ਲ ਹੋਣਾ ਚਾਹੀਦਾ, ਚੁਰਾਹੇ ਤੇ ਖੜੇ ਹੋ ਕੇ ਹੋਣਾ ਚਾਹੀਦਾ, ਪੰਥਕ ਅਸੈਂਬਲੀਆਂ ਕਰਦੇ ਪਏ, ਉਸ ਤੋਂ ਬਾਅਦ ਆਗੂ ਬਣੇ ਹੋਏ ਉਹਦੇ, ਹਾਂ ਹੋਣੀ ਨਹੀਂ ਚਾਹੀਦੀ। ਇਹੋ ਜਿਹੇ ਆਗੂਆਂ ਨੂੰ ਤੋਂ ਅਧਿਕਾਰ ਖੋਲੋ ਲੀਡਰ ਬਣਨ ਦਾ, ਸਿੱਖਾਂ ਨੂੰ ਇਹ ਕਰਨਾ ਚਾਹੀਦਾ। June 84 ਤੋਂ ਬਾਅਦ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੀ ਦੁਰਗਤ ਕੀਤੀ ਹੈ, ਮੇਰੇ ਵਰਗੇ ਆਗੂਆਂ ਨੇ ਸਾਰਿਆਂ ਤੋਂ ਅਧਿਕਾਰ ਖੋਲੋ ਕਿ ਤੁਸੀਂ ਨੌਜਵਾਨ ਯਾਰ ਲੀਡਰ ਨਹੀਂ ਬਣ ਸਕਦੇ। ਮੈਂ ਤੁਹਾਡੇ ਵਰਗੇ ਨੌਜਵਾਨਾਂ ਨੂੰ ਚੈਲੰਜ ਕਰਦਾ, ਮੈਂ ਪ੍ਰਭਦੀਪ ਸਿੰਘ ਵਰਗੇ ਨੌਜਵਾਨਾਂ ਨੂੰ ਚੈਲੰਜ ਕਰਦਾ ਕਿ ਤੁਹਾਡੇ 'ਚ ਕੋਈ ਬੁਰਾਈ ਹੈ ਜੀ, ਤੁਸੀਂ ਆਗੂ ਬਣੋ ਜੀ, ਸਾਨੂੰ ਤੁਸੀਂ ਅਜਮਾ ਲਿਆ, ਅਸੀਂ ਗਰ ਕਰਕੇ ਰੱਖ ਦਿੱਤੀ ਕੌਮ, ਸ਼ਿਖਰ ਤੇ ਪਹੁੰਚੀ ਹੋਈ ਕੌਮ ਨੂੰ ਅਸੀਂ ਹੇਠਾਂ ਰਸਾਤਲ ਵਿੱਚ ਦੱਸ ਦਿੱਤਾ, ਸਾਡੇ 'ਚ ਤਾਂ ਇੰਨੀ ਹਿੰਮਤ ਨਹੀਂ ਹੋਈ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਖਾਲਿਸਤਾਨ ਨੂੰ ਪ੍ਰਵਾਨਗੀ ਦਿੱਤੀ, ਕਾਨੂੰਨ ਵਿੱਚ ਪ੍ਰਵਾਨਗੀ ਦਿੱਤੀ, ਇਲੈਕਸ਼ਨ ਲੜ ਕੇ ਅਸੀਂ ਪ੍ਰਵਾਨਗੀ ਦੇ ਦਿੱਤੀ। ਜੇ ਤੁਸੀਂ ਉਹ ਆਗੂ ਵਰਤਮਾਨ ਆਗੂ ਉਹ ਅਸੈਪਟ ਨਹੀਂ ਕਰ ਸਕਦੇ, ਵਿਦੇਸ਼ਾਂ ਵਿੱਚ ਬੈਠੇ ਆਗੂ ਅਸੈਪਟ ਨਹੀਂ ਕਰ ਸਕਦੇ ਤੇ ਕਹਿੰਦੇ ਨੇ ਅਸੀਂ ਰੈਫਰੈਂਡਮ ਕਰਾਵਾਂਗੇ ਪਰ ਉਸ ਅਸੈਪਟੈਂਸ ਨੂੰ ਪ੍ਰਵਾਨਗੀ ਨਹੀਂ ਦਿੰਦੇ, ਦੈਟ ਮੀਨਸ ਕਿ ਉਹ ਕਿਸੇ ਘਰ ਤੋਂ ਤੋਰੇ ਹੋਏ ਬੰਦੇ ਨੇ। ਮਤਲਬ ਸਿੱਖ ਜਿੰਨੇ ਵੀ ਸਿੱਖ ਸਿਧਾਂਤ ਨੇ ਉਹਨਾਂ ਸਾਰਿਆਂ ਨੂੰ
राम मंदिर दीयां नीयां दे विच दफन किया जा रहा है। ये अखीर आ सिखां दी अखीर जे अखीर ताबूत च अखीर ला के ठोकिया जा रहा। सारे सिख लीडर रद्द कर दे सिख कौम समेत जथेदारां दे साडियां जथेदारियां भी रद्द कर दे। अकाल तखत साहिब ते खालसा पंथ नूं बिठाए समूहक तौर ते बिठाए। ਉਹ ਬਿਠਾਉਣ ਤੋਂ ਬਾਅਦ ਆਪਣਾ ਆਗੂ ਸਿੱਖ ਕੌਮ ਆਪ ਚੁਣੇ ਏਕਤਾ ਨਾ ਕਰਾਏ ਬਿਲਕੁਲ ਵੀ ਹੋਰ ਸਾਡੇ ਵਰਗਿਆਂ ਵਿੱਚੋਂ ਕਿਸੇ ਨੂੰ ਵੀ ਆਗੂ ਨਾ ਚੁਣੇ ਤੁਹਾਡੇ ਵਰਗੇ ਨੌਜਵਾਨਾਂ ਵਿੱਚੋਂ ਆਗੂ ਚੁਣੇ ਫਰੈਸ਼ ਮਾਈਂਡ ਨੂੰ ਚੁਣੇ ਫਰੈਸ਼ ਮਾਈਂਡ ਅੱਗੇ ਲੱਗ ਕੇ ਕੌਮ ਦੀ ਅਗਵਾਈ ਕਰੇ। ਹੁਣ ਇਹੀ ਇੱਕੋ ਇੱਕ ਬਚਾਅ ਦਾ ਤਰੀਕਾ ਰਹਿ ਗਿਆ ਜੇ ਪੰਥ ਨੂੰ ਗੁਰਿਆਈ ਕਿਵੇਂ ਦੇਣੀ ਹੈ ਮੈਂ ਇਸ 'ਤੇ ਪੂਰੀ ਇੱਕ ਪੁਸਤਕ ਲਿਖੀ ਹੈ ਗੁਰਿਆਈ ਦਾ ਸਿੱਖ ਸੰਕਲਪ ਸਿਰਫ 96 ਸਫ਼ੇ ਦੀ ਪੁਸਤਕ ਹੈ ਜੀ ਉਹਨੂੰ ਤੁਸੀਂ ਪੜ੍ਹੋ ਉਸ ਵਿੱਚ ਛੋੜ ਸੋਧ ਕਰੋ ਜੀ ਕਿਵੇਂ ਪੰਥ ਨੂੰ ਅੱਗੇ ਤਖ਼ਤ 'ਤੇ ਬਿਠਾਉਣਾ ਅਤੇ ਕਿਵੇਂ ਪੰਥ ਗੁਰੂ ਨੂੰ ਗੁਰਿਆਈ ਸੌਂਪ ਕੇ ਅੱਗੇ ਉਸ ਵਿੱਚੋਂ ਲੀਡਰਸ਼ਿਪ ਚੁਣਨੀ ਹੈ। ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਥ ਨੂੰ ਬਿਠਾ ਕੇ ਆਗੂ ਚੁਣੀਏ ਜੀ ਇਹਨਾਂ ਸਾਰਿਆਂ ਨੂੰ ਰੱਦ ਕਰ ਦਿਓ। ਹਰ ਰੱਦ ਕਰਨਾ ਮੁੱਦਾ ਨਹੀਂ ਹੈ ਇਹਨਾਂ ਦੀ ਥਾਂ 'ਤੇ ਸਬਸਟੀਟਿਊਟ ਦਿਓ ਜਿਵੇਂ ਗੁਰੂ ਨਾਨਕ ਨੇ ਸਬਸਟੀਟਿਊਟ ਦਿੱਤਾ ਜੇ ਸਾਰੀ ਚੀਜ਼ ਰੱਦ ਨਾ ਹਿੰਦੂ ਨਾ ਮੁਸਲਮਾਨ ਕਿਹਾ ਪਿੰਡ ਪ੍ਰਾਣ ਕਿਹਾ ਅਕਾਲ ਪੁਰਖ ਦੇ ਉਵੇਂ ਹੀ ਤੁਸੀਂ ਪਿੰਡ ਪ੍ਰਾਣ ਬਣ ਕੇ ਆਗੂ ਪੈਦਾ ਕਰੋ ਜੀ ਸਲਾਹ ਨਾ ਕਰੋ ਸਲਾਹ ਦਾ ਲੰਘ ਗਿਆ ਜੇ ਪਾਣੀ ਇੱਥੋਂ ਤੱਕ ਨਹੀਂ ਸਿਰ ਤੋਂ ਉੱਪਰੋਂ ਲੰਘ ਗਿਆ ਜੇ ਜੇ ਹੁਣ ਵੀ ਨਹੀਂ ਸੰਭਲੋਗੇ ਨੌਜਵਾਨੋ ਤੇ ਸਾਡੇ ਵਰਗਿਆਂ ਤੋਂ ਆਸ ਰੱਖੋਗੇ ਏਕਤਾ ਕਰੋ ਏਕਤਾ ਕਰੋ ਇਸ ਏਕਤਾ ਨੇ ਤੁਹਾਨੂੰ ਗਰਕ ਕਰਕੇ ਰੱਖ ਦਿੱਤਾ ਹੁਣ ਏਕਤਾ ਨੂੰ ਵੀ ਖਤਮ ਕਰੋ ਆਗੂ ਨਵਾਂ ਚੁਣੋ। ਬਹੁਤ ਧੰਨਵਾਦ ਜੀ ਆਪ ਜੀ ਦਾ। ਪਿਆਰੇ ਦਰਸ਼ਕੋ ਬਹੁਤ ਹੀ ਬੇਬਾਕ ਤਰੀਕੇ ਨਾਲ ਖਾਲਸਾ ਜੀ ਨੇ ਸਾਰਾ ਹਾਲਾਤ ਜਿਹੜੇ ਨੇ ਉਹ ਬਿਆਨ ਕੀਤੇ ਨੇ। ਬੜੇ ਦ੍ਰਿੜਤਾ ਦੇ ਨਾਲ ਉਹਨਾਂ ਨੇ ਕੌਮ ਦੇ ਬਛਿੰਦਿਆਂ ਤੱਕ ਨਹੀਂ ਕੌਮ ਦੇ ਨੌਜਵਾਨਾਂ ਤੱਕ ਅਤੇ ਕੌਮ ਦੀ ਸੇਵਾ ਕਰਨ ਦੀ ਜਿਹੜੀ ਭਾਵਨਾ ਰੱਖਦੇ ਨੇ ਉਹਨਾਂ ਵੀਰਾਂ ਤੱਕ ਇਹ ਬੇਨਤੀ ਕੀਤੀ ਹੈ ਕਿ ਇਹਨਾਂ ਦੇ ਮੋਢਿਆਂ ਦੇ ਉੱਤੇ ਤੁਸੀਂ ਆਸ ਨਾ ਰੱਖੋ ਇਹਨਾਂ ਦੇ ਸਿਰਾਂ ਤੋਂ ਆਸ ਨਾ ਰੱਖੋ ਖੁਦ ਮੁਖਤਿਆਰ ਹੋਵੋ ਖੁਦ ਮੁਖਤਿਆਰੀ ਕਰੋ ਅਤੇ ਇਸ ਕੌਮ ਦਾ ਭਾਰ ਜਿਹੜਾ ਆਪੋ ਆਪਣੇ ਮੋਢੇ 'ਤੇ ਚੱਕੋ ਅਤੇ ਜਿਹੜੀ ਇਹ ਰਾਮ ਮੰਦਿਰ ਦੀ ਸਾਜਿਸ਼ ਜਿਹੜੀ ਉਹ ਸਿੱਖਾਂ ਦੇ ਸਿਰ ਦੇ ਉੱਤੇ ਮਾਰੀ ਜਾ ਰਹੀ ਹੈ ਇਸ ਤੋਂ ਸੁਚੇਤ ਹੋਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।